ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੇਗਿੱਲ ਜੀ ਮੌਜੂਦ ਨੇ। ਬੇਹਦ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਗਿੱਲ ਸਾਹਿਬ। ਥੈਂਕ ਯੂ ਸੁਖਵਿੰਦਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਹੜੀ ਅੱਜ ਮੀਟਿੰਗ ਸੱਦੀ ਸੀਗੀ, ਕਿਉਂਕਿ ਅਕਾਲੀ ਦਲ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ, ਉਹਦੇ ਬਾਰੇ ਗਿੱਲ ਸਾਹਿਬ ਹੁਣ ਤੋਂ ਕੁਝ ਸਮਾਂ ਪਹਿਲਾਂ ਮੇਰੀ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨਾਲ ਤੁਹਾਡੇ ਬਿਹਾਫ ਤੇ ਗੱਲ ਹੋਈ, ਪਤਾ ਕੀਤਾ ਗਿਆ ਕਿ ਆਖਿਰਕਾਰ ਹੁਣ ਢੀਂਡਸਾ ਪਰਿਵਾਰ ਦਾ ਕੀ ਫੈਸਲਾ, ਜਾਂ ਉਹਨਾਂ ਦੇ ਵਰਕਰ ਜਾਂ ਉਹਨਾਂ ਦੇ ਸਪੋਰਟਰ ਕੀ ਚਾਹੁੰਦੇ ਨੇ। ਉਹਨਾਂ ਨੇ ਮੋਟੀ ਜੀ ਗੱਲ ਦੇ ਵਿੱਚ ਨਿਬੇੜਿਆ ਕਿ ਅਸੀਂ ਜਿਹੜਾ ਤੇ ਸਾਡੇ ਵਰਕਰ ਨੇ, ਅਸੀਂ ਘਰ ਹੀ ਬੈਠਾਂਗੇ, ਮਤਲਬ ਕਿ ਉਹ ਫੀਲਡ ਵਿੱਚ ਨਹੀਂ ਜਾ ਰਹੇ। ਹੁਣ ਇਹਦੇ ਅਸੀਂ ਕੀ ਮਾਇਨੇ ਸਮਝੀਏ, ਕਿਉਂਕਿ ਮੈਂ ਪੁੱਛਿਆ ਕਿ ਵਿਰੋਧ ਕਰ ਰਹੇ ਹੋ, ਕਹਿੰਦੇ ਵਿਰੋਧ ਦੀ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੈਂ ਪੁੱਛਿਆ ਕਿ ਸੁਖਬੀਰ ਬਾਦਲ ਜੇ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਕੋਈ ਗੱਲਬਾਤ ਕਰਦੇ ਨੇ ਫਿਰ ਤੁਰੋਗੇ, ਉਹ ਕਹਿੰਦੇ ਇਹੋ ਜਿਹੀ ਵੀ ਕੋਈ ਗੱਲ ਨਹੀਂ। ਹਾਲ ਦੀ ਘੜੀ ਕਹਿੰਦੇ ਅੱਜ ਦੀ ਪੋਜੀਸ਼ਨ ਇਹ ਆ ਕਿ ਅਸੀਂ ਜਿਹੜਾ ਸਾਡੇ ਵਰਕਰ ਜਿਹੜੇ ਨੇ, ਅਸੀਂ ਘਰ ਹੀ ਬੈਠਾਂਗੇ। ਹੁਣ ਇਹਦਾ ਕੀ ਮਤਲਬ ਸਮਝਿਆ ਜਾਵੇ, ਤੇ ਇਹਦੇ ਨਾਲ ਅਕਾਲੀ ਦਲ ਨੂੰ ਕਿਸ ਤਰੀਕੇ ਨਾਲ, ਜਾਂ ਬਾਦਲ ਪਰਿਵਾਰ ਨੂੰ ਕਿਵੇਂ ਸੈਟਬੈਕ ਵੱਜਦਾ? ਬਹੁਤ ਸਾਰੇ ਇਹਦੇ ਨਾਲ ਹੋਰ ਵੀ ਜੁੜੇ ਸਵਾਲ ਨੇ ਜੋ ਤੁਹਾਡੇ ਮਨ ਵਿੱਚ ਨੇ, ਉਹਨੂੰ ਦਰਸ਼ਕਾਂ ਦੇ ਰੂਬਰੂ ਕਰੀਏ। ਜਿਹੜਾ ਹੈਗਾ ਨਾ, ਇਹਨਾਂ ਦਾ ਸਟੈਂਸ ਮੇਰੇ ਖਿਆਲ ਠੀਕ ਹੈਗਾ। ਇਸ ਟਾਈਮ ਤੇ ਇਹਨਾਂ ਕੋਲ ਚੋਇਸ ਵੀ ਹੈ ਨਹੀਂ ਕਿ ਹੁਣ ਛੱਡ ਕੇ ਤਾਂ ਜਾਣੋ ਰਹੇ ਅਕਾਲੀ ਦਲ। ਹੁਣ ਜੇ ਇਹਨਾਂ ਨੇ ਐਂਟਰ ਕੀਤਾ ਅਕਾਲੀ ਦਲ ਵਿੱਚ, ਤਾਂ ਮੇਰੇ ਖਿਆਲ ਨਾਲ ਅਕਾਲੀ ਦਲ ਵਿੱਚ ਹੀ ਸਰਦਾਰ ਸੁਖਦੇਵ ਸਿੰਘ ਢੀਂਡਸੇ ਉਹਨਾਂ ਨੂੰ ਰਹਿਣਾ ਚਾਹੀਦਾ ਹੈਗਾ, ਤੇ ਸਗੋਂ ਅੰਦਰੋਂ ਰਹਿ ਕੇ ਆਵਾਜ਼ ਉਠਾਉਣੀ ਚਾਹੀਦੀ ਆ। ਇਸ ਕਰਕੇ ਮੇਰਾ ਖਿਆਲ ਆ ਵੀ ਇਹਨਾਂ ਦਾ ਇਹ ਜਿਹੜਾ ਸਟੈਂਸ ਇਹਨਾਂ ਨੇ ਲਿਆ ਹੈਗਾ, ਇਹ ਠੀਕ ਸਟੈਂਸ ਲਿਆ ਹੈਗਾ ਵੀ ਅਸੀਂ ਪਾਰਟੀਸਪੇਟ ਨਹੀਂ ਕਰਾਂਗੇ, ਤੇ ਨਾ ਅਸੀਂ ਕਿਸੇ ਦਾ ਵਿਰੋਧ ਕਰਾਂਗੇ। ਅਸੀਂ ਆਪਣਾ ਸਾਇਲੈਂਟਲੀ ਵਾਚ ਕਰਾਂਗੇ ਕੀ ਈਵੈਂਟਸ ਟਰਨ ਆਊਟ ਕਰਦੀਆਂ ਨੇ। ਜਿਸਬ ਕੀ ਮਤਲਬ ਕਿ, ਕਿਉਂਕਿ ਇਹਦੇ ਨਾਲ ਹੋਰ ਬਹੁਤ ਮਾਇਨੇ ਸਮਝੇ ਜਾਣਗੇ ਕਿ ਕੀ ਸਿਰਫ ਇੱਕ ਟਿਕਟ ਦੇ ਪਿੱਛੇ ਪਾਰਟੀ ਦੇ ਨਾਲ ਬਗਾਵਤ ਕਰਨਾ, ਜਾਂ ਪਾਰਟੀ ਦੇ ਵਿੱਚ ਰਹਿ ਕੇ ਉਹੋ ਜਿਹੀ ਵਿਰੋਧ ਤਾਂ ਜਤਾਉਣਾ, ਜਦੋਂ ਪਾਰਟੀ ਦੇ ਅੰਦਰ ਮਤਲਬ ਕਿ ਅੰਦਰੋਂ ਬਾਹਰ ਜਾਇਆ ਜਾਂਦਾ, ਫਿਰ ਵਾਪਸੀ ਫਿਰ ਕੀਤੀ ਜਾਂਦੀ ਹੈ। ਫਿਰ ਇਹ ਹੁੰਦਾ ਕਿ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਸਾਨੂੰ ਕੋਈ ਟਿਕਟਾਂ ਦੀ ਇੱਛਾ ਨਹੀਂ। ਜਿੱਥੇ ਪ੍ਰਧਾਨ ਸਾਹਿਬ ਡਿਊਟੀ ਹੋਣਗੇ ਜਾਂ ਜਿੱਥੇ ਪਾਰਟੀ ਲਾਊਗੀ, ਅਸੀਂ ਪ੍ਰਵਾਨ ਕਰਾਂਗੇ। ਫਿਰ ਜਦੋਂ ਇਹੋ ਜਿਹੀ ਸਿਚੁਏਸ਼ਨ ਆ ਕੇ ਖੜੀ ਹੋ ਜਾਂਦੀ ਹੈ, ਤਾਂ ਲੋਕਾਂ ਦੇ ਮਨ 'ਚ ਵੀ ਇਹ ਗੱਲ ਜਾਂਦੀ ਹੈ ਕਿ ਢੀਂਡਸਾ ਸਾਹਿਬ ਜਿਹੜੇ ਨੇ ਉਹ ਸ਼ਾਇਦ ਪੁੱਤਰ ਮੋਹ ਵਿੱਚ ਲੱਗੇ ਨੇ, ਜਾਂ ਕੋਈ ਵੀ ਕਿਸੇ ਵੀ ਪਾਰਟੀ ਕਿਸੇ ਵੀ ਧਿਰ ਦੀ ਅਸੀਂ ਗੱਲ ਕਰ ਸਕਦੇ ਹਾਂ ਕਿ ਇਹ ਸਾਰਾ ਕੁਝ ਹੁੰਦਾ ਹੈ ਕਿ ਜੇ ਟਿਕਟ ਨਹੀਂ ਮਿਲਦੀ ਤਾਂ ਰੌਲਾ ਆ, ਤਾਂ ਅਸੀਂ ਨਾਰਾਜ਼ ਹੋ ਕੇ ਘਰ ਬੈਠੇ ਹਾਂ। ਕੀ ਇਹ ਸਿਆਸਤ ਸਿਰਫ ਟਿਕਟਾਂ ਤੱਕ ਹੈ, ਜਾਂ ਉਹੀ ਜਿਹੜਾ ਰਾਜਨੀਤਿਕ ਸੇਵਾ ਵਾਲੇ ਪਾਸੇ ਦੀ ਗੱਲ ਆ? ਨਹੀਂ, ਇਹ ਰੌਲਾ ਟਿਕਟ ਦਾ ਰੌਲਾ ਨਹੀਂ ਗਾ, ਇਹ ਹੈਗਾ ਕਿ ਇਹਨਾਂ ਨੂੰ ਕੰਸਲਟ ਕਿਉਂ ਨਹੀਂ ਕੀਤਾ ਗਿਆ। ਇਹਨਾਂ ਨੂੰ ਕੰਸਲਟ ਕਰਨਾ ਚਾਹੀਦਾ ਸੀ ਮੇਰੇ ਖਿਆਲ ਨਾਲ। ਅਸਲ ਗੱਲ ਤਾਂ ਇਹ ਗੱਲ ਤੋਂ ਉਹਨਾਂ ਨੂੰ ਨਾਰਾਜ਼ਗੀ ਹੋਈ ਹੈਗੀ। ਉਹਨਾਂ ਨੂੰ ਮਤਲਬ ਕਿ ਪਹਿਲੇ ਪੁੱਛਣਾ ਜ਼ਰੂਰ ਚਾਹੀਦਾ ਸੀ ਵੀ ਅਸੀਂ ਟਿਕਟ ਫਲਾਣੇ ਨੂੰ ਦੇਣ ਲੱਗੇ ਹੈਗੇ ਹਾਂ, ਵੀ ਸੰਗਰੂਰ ਦੇ ਵਿੱਚ ਜਾਂ ਹੋਰ ਅੱਬਲ, ਤਾਂ ਇਹਨਾਂ ਨੂੰ ਸਾਰੀਆਂ ਸੀਟਾਂ ਬਾਰੇ ਡਿਕਲੇਅਰ ਕਰਨ ਤੋਂ ਪਹਿਲੇ ਸਰ ਸੁਖਦੇਵ ਸਿੰਘ ਢੀਂਡਸੇ ਨਾਲ ਡਿਸਕਸ਼ਨ ਹੋਣੀ ਚਾਹੀਦੀ ਸੀ, ਕਿਉਂਕਿ ਸਰਪ੍ਰਸਤ ਵੀ ਹੈਗੇ ਆ ਤੇ ਸੀਨੀਅਰ ਲੀਡਰ ਹੈਗੇ ਆ, ਤੇ ਇਹਨਾਂ ਦਾ ਅਨਕੰਡੀਸ਼ਨਲੀ ਸਮਝੌਤਾ ਹੋਇਆ। ਉਹਦਾ ਮਤਲਬ ਵੀ ਇਹ ਹੈਗਾ ਕਿ ਤੁਸੀਂ ਆਪਣਾ ਇਹਨਾਂ ਨੂੰ ਕੰਸਲਟ ਤਾਂ ਜ਼ਰੂਰ ਤੁਸੀਂ ਕਰੋ ਨਾ, ਜੇ ਬਾਕੀ ਲੀਡਰਾਂ ਨੂੰ ਕੰਸਲਟ ਕੀਤਾ ਤੇ ਇਹਨਾਂ ਨੂੰ ਕਿਉਂ ਨੀ ਕੰਸਲਟ ਕੀਤਾ ਗਾ? ਬਿਲਕੁਲ ਸਹੀ ਗੱਲ, ਇਹ ਅਸਲ ਰੰਜਿਸ਼ ਹੈਗੀ ਆ।
ਬਿਲਕੁਲ ਅੱਛਾ, ਇਹਦਾ ਕੀ ਕਾਰਨ ਮੰਨਿਆ ਜਾਏ ਕਿ ਸੁਖਬੀਰ ਬਾਦਲ ਜਦੋਂ ਇੱਕ ਪਾਸੇ ਕਹਿੰਦੇ ਨੇ ਕਿ ਪਾਰਟੀ ਵਿੱਚ ਘਰ ਵਾਪਸੀ ਕਰੋ, ਸਾਰੇ ਆਓ ਰਲ ਕੇ ਤੁਰਦੇ ਆ, ਫਿਰ ਇੱਥੇ ਜਾ ਕੇ ਮਤਲਬ ਕਿ ਕਿੱਥੇ ਗੱਲ ਫਸ ਗਈ ਕਿ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ ਨਹੀਂ ਪੁੱਛਿਆ ਗਿਆ? ਹਾਲੇ ਤਾਂ ਇਹ ਵੀ ਕਹਿੰਦੇ ਸ਼ੁਕਰ ਮਨਾਇਆ ਜਾਂਦਾ ਕਿ ਬੀਬੀ ਜਗੀਰ ਕੌਰ ਉਸ ਤਰੀਕੇ ਦੇ ਨਾਲ ਇਹਨਾਂ ਦੇ ਉਸ ਚਲਾਵੇ ਵਿੱਚ ਜਾਂ ਉਸ ਅਪੀਲ ਦੇ ਵਿੱਚ ਨਹੀਂ ਆਏ, ਜਿਸ ਵੀ ਢੰਗ ਨਾਲ ਇਹਨੂੰ ਲਿਆ ਜਾਵੇ ਕਿ ਸੁਖਬੀਰ ਬਾਦਲ ਨੇ ਸਾਰਿਆਂ ਨੂੰ ਕਿਹਾ ਕਿ ਆਓ ਰਲ ਮਿਲ ਕੇ ਅੱਗੇ ਚੱਲਦੇ ਹਾਂ, ਤਾਂ ਫਿਰ ਨਾਲ ਲੈ ਕੇ ਤੁਰਨ ਦੀ ਗੱਲ ਜਾਂ ਟਿਕਟਾਂ ਦੀ ਵੰਡ ਜਾਂ ਕਿਸੇ ਵੀ ਢੰਗ ਦੇ ਨਾਲ ਨਾ ਪੁੱਛ ਕੇ ਛੋਣਾ, ਇਹਦਾ ਕੀ ਕਾਰਨ ਮੰਨਿਆ ਜਾਏ ਕਿ ਸੁਖਬੀਰ ਬਾਦਲ ਹੁਣ ਕਿਹੜੀ ਰਣਨੀਤੀ ਤੇ ਕੰਮ ਕਰ ਰਹੇ ਨੇ ਪਾਰਟੀ ਚ? ਮੇਰਾ ਖਿਆਲ ਸਰ ਸੁਖਬੀਰ ਸਿੰਘ ਬਾਦਲ ਨੂੰ ਜੇ ਵਾਕਈ ਉਹਨਾਂ ਨੇ ਨਾਲ ਲੈ ਕੇ ਵਰਕਰਸ ਨੂੰ ਚੱਲਣਾ ਹੈਗਾ ਤਾਂ ਉਹਨਾਂ ਨੂੰ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਆਲਵੇਸ ਇਨ ਕੰਸਲਟੇਸ਼ਨ ਰੱਖਣਾ ਚਾਹੀਦਾ ਹੈਗਾ। ਤਲਕਿ ਨਹੀਂ ਤਾਂ ਇਹ ਲੱਗਦਾ ਹੈਗਾ ਕਿ ਉਹਨਾਂ ਨੇ ਆਪਣਾ ਇੱਕ ਡਿਕਟੋਰੀਅਲ ਵੇ ਆਫ ਗਵਰਨੈਂਸ ਹੈਗਾ ਤੇ ਉਸ ਬੇਸਿਸ ਤੇ ਉਹ ਚੱਲ ਰਹੇ ਹੈਗੇ ਆ, ਜਦਕਿ ਇੰਨੇ ਸੀਨੀਅਰ ਲੀਡਰ ਨੇ ਇਹ, ਉਹਨਾਂ ਨੂੰ ਜ਼ਿਆਦਾ ਇਹਨਾਂ ਦਾ ਪੁਰਾਣਾ ਇਤਿਹਾਸ ਆ ਅਕਾਲੀ ਦਲ ਦੇ ਨਾਲ, ਇਹਨਾਂ ਨੇ ਲੰਮਾ ਚਿਰ ਜੇਲ੍ਹਾਂ ਵੀ ਕੱਟੀਆਂ ਨੇ ਤੇ ਇਹਨਾਂ ਨੂੰ ਤਾਂ ਕੰਸਲਟ ਕਰਨਾ ਬਹੁਤ ਜ਼ਰੂਰੀ ਆ ਤੇ ਇਸੇ ਕਰਕੇ ਰਲੇਵਾਂ ਹੋਇਆ। ਫਿਰ ਨਹੀਂ ਰਲੇਵਾਂ ਵੀ ਕਿਉਂ ਹੋਣਾ ਸੀ? ਬਿਲਕੁਲ ਨੇ ਅਨਕੰਡੀਸ਼ਨਲ ਰਲੇਵਾਂ ਕੀਤਾ ਹੈਗਾ ਤਾਂ ਇਹਦੇ ਇਹ ਤਾਂ ਅਨਸੈਡ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਹੀਆਂ ਨਹੀਂ ਜਾਂਦੀਆਂ, ਤਾਂ ਆਟੋਮੈਟਿਕ ਹੀ ਹੁੰਦਾ ਕਿ ਤੁਸੀਂ ਇਹਨਾਂ ਨੂੰ ਕੰਸਲਟ ਕਰੋਗੇ, ਜਿਹੜਾ ਕੋਈ ਡਿਸੀਜ਼ਨ ਜੋ ਲੈਣੇ ਹੈਗੇ ਆ ਉਹ ਕੰਸਲਟ ਕਰਨਾ ਚਾਹੀਦਾ। ਸੁਣ ਹੁਣ ਇਹਨਾਂ ਨੂੰ ਇਹ ਵੀ ਨਹੀਂ ਚੰਗਾ ਲੱਗਦਾ ਕਿ ਛੱਡ ਕੇ ਘਰੇ ਛੱਡ ਜਾਣ ਸਭ ਕੁਛ, ਭਲੇ ਇਹਨਾਂ ਲਈ ਠੀਕ ਆ ਵੀ ਕੁਛ ਚਿਰ ਸਾਇਲੈਂਟ ਰਹਿਣਗੇ, ਫਿਰ ਉਸ ਤੋਂ ਬਾਅਦ ਆਪਣਾ ਪ੍ਰਤੀਕਰਮ ਦੇਣਗੇ ਇਹ ਆ। ਬਿਲਕੁਲ ਅੱਛਾ, ਇਹ ਵੀ ਅਸੀਂ ਇਹ ਕਿਵੇਂ ਮੰਨੀਏ ਕਿ ਜਿਹੜਾ ਝੂੰਡਾ ਸਾਹਿਬ ਨੂੰ ਟਿਕਟ ਦਿੱਤੀ ਗਈ ਹੈ ਕਿ ਪਾਰਟੀ ਦੇ ਅੰਦਰੋਂ ਕੋਈ ਇਸ ਕਿਸਮ ਦਾ ਪ੍ਰੈਸ਼ਰ ਜਾਂ ਝੂੰਡਾ ਸਾਹਿਬ ਵੱਲੋਂ ਪ੍ਰੈਸ਼ਰ ਹੋਏਗਾ ਕਿ ਕਿਉਂਕਿ ਉਹ ਪਿੱਛੇ ਜਿਹੇ ਰਿਪੋਰਟ ਜਿਹੜੀ ਬਣਾਈ ਸੀ ਉਹ ਜਨਤਕ ਨਹੀਂ ਹੋਈ ਰਿਪੋਰਟ, ਉਹਦੇ ਵਿੱਚ ਬਹੁਤ ਕੁਛ ਇਹੋ ਜਿਹਾ ਹੋਏਗਾ ਜਿਹੜਾ ਪਾਰਟੀ ਦੇ ਅੰਦਰ ਇੱਕ ਬਹੁਤ ਵੱਡਾ ਮਤਲਬ ਭੁਚਾਲ ਵੀ ਲਿਆ ਸਕਦਾ, ਜਿਵੇਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਲਗਾਤਾਰ ਹੁੰਦੀ ਰਹੀ, ਢੀਂਡਸਾ ਸਾਹਿਬ ਵੀ ਜਦੋਂ ਬਾਹਰ ਨਿਕਲੇ ਸੀ ਉਦੋਂ ਵੀ ਇਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਹੁੰਦੇ ਸੀ, ਜਾਂ ਫਿਰ ਇਹ ਹੋ ਸਕਦਾ ਕਿ ਢੀਂਡਸਾ ਪਰਿਵਾਰ ਜਿਹੜਾ ਇਸ ਕਰਕੇ ਚੁੱਪ ਬੈਠੇਗਾ ਕਿ ਜਦੋਂ ਨਤੀਜੇ ਆ ਜਾਣਗੇ ਉਸ ਤੋਂ ਬਾਅਦ ਜਿਹੋ ਜਿਹੇ ਨਤੀਜੇ ਹੋਣਗੇ ਉਸ ਤਰੀਕੇ ਦੇ ਨਾਲ ਫਿਰ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਜਿਹੜੇ ਸਵਾਲ ਵੱਡੇ ਹੋ ਕੇ ਹੋਰ ਉੱਭਰ ਕੇ ਸਾਹਮਣੇ ਆਉਣਗੇ, ਇਸ ਕਰਕੇ ਰੋਕਿਆ ਜਾ ਰਿਹਾ ਜਾਂ ਝੂੰਡਾ ਸਾਹਿਬ ਨੂੰ ਟਿਕਟ ਦੇਣ ਦਾ ਕਾਰਨ ਕੀ ਸਮਝਿਆ ਜਾਵੇ? ਨਹੀਂ, ਮੇਰਾ ਖਿਆਲ ਇਹ ਉਹਨਾਂ ਦੀ ਇਹ ਜਿਹੜੀ ਹੋ ਸਕਦਾ ਕਿ ਜਿਹੜੀ ਸਰ ਇਕਬਾਲ ਸਿੰਘ ਝੂੰਡਾ ਨੇ ਨਾ ਉਹਨਾਂ ਨਾਲ ਇਹਨਾਂ ਦੀ ਪ੍ਰਾਇਰ ਕਮਿਟਮੈਂਟ ਹੋਈ ਹੋਵੇ ਸਰ ਸੁਖਬੀਰ ਸਿੰਘ ਬਾਦਲ ਦੀ, ਇਹ ਤਾਂ ਹੁਣ ਆਪਣੇ ਵੱਲੋਂ ਤਾਂ ਇੱਕ ਅਸੰਪਸ਼ਨਸ ਨੇ ਇਹ। ਮਤਲਬ ਉਹਨਾਂ ਨੇ ਜੇ ਹੁਣ ਸਰ ਸੁਖਦੇਵ ਸਿੰਘ ਢੀਂਡਸਾ ਨੂੰ ਜੂਨ 4 ਤੱਕ ਵੇਟ ਕਰਨਾ ਚਾਹੀਦਾ, ਵੈਸੇ ਜਿਹੜਾ ਸੁਖਮਿੰਦਰ ਆਇਆ ਨਾ APP ਤੇ ਸੀ ਵੋਟਰ ਦੀ ਜਿਹੜੀ ਸਰਵੇ ਆਈ ਆ ਉਹ ਹੁਣ ਪਤਾ ਨਹੀਂ ਕਿੰਨੀ ਸੱਚੀ ਹੁੰਦੀ ਆ ਕਿੰਨੀ ਉਹਦੇ 'ਚ ਹੈਗਾ ਅਸੰਪਸ਼ਨਸ ਨੇ, ਉਹਦੇ 'ਚ ਆਇਆ ਹੈਗਾ ਕਿ ਅਕਾਲੀ ਦਲ ਨੂੰ ਕੋਈ ਵੀ ਟਿਕਟ ਨਹੀਂ ਆ ਰਹੀ 13 ਚੋਂ, ਸਾਰਿਆਂ ਨਾਲੋਂ ਜ਼ਿਆਦਾ 7 ਟਿਕਟਾਂ ਜਿੱਤ ਆ ਰਹੀ ਹੈਗੀ ਕਾਂਗਰਸ ਦੀ, 4 ਤੇ ਆ ਰਿਹਾ ਹੈਗਾ ਆ ਜਿਹੜੀ ਆਪ ਪਾਰਟੀ ਹੈਗੀ ਆ ਤੇ ਬਾਕੀ ਤੇ 2-3 ਸੀਟਾਂ ਆ ਰਹੀਆਂ ਹੈਗੀਆਂ ਭਾਰਤੀ ਜਨਤਾ ਪਾਰਟੀ ਨੂੰ, ਇਹਨਾਂ ਨੂੰ ਕੋਈ ਸੀਟ ਨਹੀਂ ਆ ਰਹੀ ਹੈਗੀ, 2 ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਆ ਰਹੀਆਂ, ਇਹਨਾਂ ਦਾ ਕਿਤੇ ਵੀ ਨੰਬਰ ਹੈ ਨਹੀਂ ਗਾ। ਜੇ ਹੁਣ ਵੀ ਸਰ ਸੁਖਬੀਰ ਸਿੰਘ ਬਾਦਲ ਇਹਨਾਂ ਚੋਣਾਂ ਚ ਵੀ ਸਕਸੈਸਫੁਲ ਨਾ ਹੋ ਸਕੇ, ਕਿਉਂਕਿ ਜਿਸ ਤਰ੍ਹਾਂ ਦੀ ਇਹਨਾਂ ਦੀ ਹੈਗੀ ਆ ਦੁਚਿੱਤੀ ਬਠਿੰਡੇ ਵਾਲੀ ਸੀਟ ਤੇ, ਉਹ ਸ਼ੋ ਕਰਦੀ ਆ ਕਿ ਇਹ ਸਬਮਿਸ਼ਨ ਵਿੱਚ ਹੈਗੇ ਆ, ਸਗੋਂ ਇਹਨਾਂ ਨੂੰ ਤਾਂ ਅਗਰੈਸਿਵਲੀ ਉਹ ਉੱਥੇ ਐਲਾਨਣਾ ਚਾਹੀਦਾ ਸੀ ਵੀ ਅਸੀਂ ਲੜ ਰਹੇ ਹੈਗੇ ਟਿਕਟ, ਉਹਦੇ ਨਾਲ ਵਰਕਰਸ ਨੂੰ ਬਹੁਤ ਜ਼ਿਆਦਾ ਡਿਮੋਰਲਾਈਜ਼ਿੰਗ ਮੈਸੇਜ ਆ ਰਿਹਾ ਹੈਗਾ। ਮੇਰੀ ਕਈਆਂ ਨਾਲ ਗੱਲ ਵੀ ਹੋਈ ਆ, ਉਹ ਸਾਰੇ ਮਤਲਬ ਕਿ ਇਸ ਗੱਲੋਂ ਨਿਰਾਸ਼ ਆ ਵੀ ਬਠਿੰਡੇ ਦੀ ਕਿਉਂ ਨਹੀਂ ਐਲਾਨੀ ਗਈ ਟਿਕਟ ਇਹਨਾਂ ਨੇ।
ਜਿਹਨੂੰ ਵੀ ਦੇਣੀ ਹੈਗੀ ਆ ਬਲ ਤਾਂ ਜੇ ਹੁਣ ਇੰਨੇ ਚਿਰ ਦੇ ਤੁਸੀਂ ਪ੍ਰਿਪੇਅਰ ਕਰ ਰਹੇ ਸੀਗੇ ਤਾਂ ਫਿਰ ਹੁਣ ਘਬਰਾਹਟ ਕਿਉਂ ਹੈਗੀ ਆ? ਇਹਨਾਂ ਨੂੰ ਤਾਂ ਅਗਰੈਸਿਵਲੀ ਚੱਲਣਾ ਚਾਹੀਦਾ ਸੀਗਾ ਜੇ ਇਹਨਾਂ ਨੇ ਵਾਕਈ ਕੋਈ ਰਿਜ਼ਲਟ ਆਪਣੀ ਫੇਵਰ ਚ ਲੈ ਕੇ ਆਉਣੇ ਹੈਗੇ ਆ। ਢੀਂਡਸਾ ਸਾਹਿਬ ਨੂੰ ਤਵੱਜੋ ਨਾ ਦੇਣ ਨਾਲ ਕੀ ਵਿਰੋਧੀਆਂ ਨੂੰ ਉਸ ਗੱਲ ਦਾ ਮੌਕਾ ਨਹੀਂ ਮਿਲਦਾ ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਇਹ ਕੋਈ ਪੰਥ ਤੇ ਪੰਜਾਬ ਦੀ ਗੱਲ ਨਹੀਂ, ਇਹ ਪੰਜਾਬ ਬਚਾਓ ਜਿਹੜੀਆਂ ਗੱਲਾਂ ਕਰਦੇ ਨੇ ਪਰਿਵਾਰ ਬਚਾਓ ਵਾਲੀ ਗੱਲ ਹੈ, ਫਿਰ ਤਾਂ ਗੱਲ ਉੱਥੇ ਵੱਡੀ ਹੋ ਜਾਣੀ ਹੈ ਕਿ ਦੇਖੋ ਢੀਂਡਸਾ ਸਾਹਿਬ ਵੀ ਪਰਿਵਾਰ ਬਚਾਉਣ ਵਾਲੇ ਪਾਸੇ ਤੁਰੇ, ਸੁਖਬੀਰ ਬਾਦਲ ਵੀ ਪਰਿਵਾਰ ਬਚਾਉਣ ਵਾਲੇ ਪਾਸੇ ਤੁਰੇ, ਫਿਰ ਗੱਲ ਤਾਂ ਪਰਿਵਾਰਵਾਦ ਦੀ ਆ ਗਈ, ਉੱਥੇ ਪੰਥ ਜਾਂ ਪੰਜਾਬ ਤਾਂ ਕਿਤੇ ਵੀ ਮੋਹਰੀ ਨਜ਼ਰ ਨਹੀਂ ਆਉਂਦਾ। ਨਹੀਂ ਤੁਸੀਂ ਉਹ ਹੈ ਨਾ, ਆਪਾਂ ਇਹ ਅਸੂਮ ਕਰ ਰਹੇ ਹਾਂ ਨਾ ਕਿ ਉਹਨਾਂ ਨੇ ਟਿਕਟ ਮੰਗੀ ਹੋਈ, ਇਹਨਾਂ ਨੇ ਟਿਕਟ ਦਿੱਤੀ ਨੀ ਗੀ, ਉਹਨਾਂ ਨੇ ਤਾਂ ਆਪਣੇ ਵੱਲੋਂ ਤਾਂ ਇਹ ਗੱਲ ਕਹੀ ਨਹੀਂ, ਉਹਨਾਂ ਨੇ ਕਿਹਾ ਵੀ ਮੈਂ ਨਾਰਾਜ਼ ਹਾਂ, ਅਸੀਂ ਨਿਰਾਸ਼ ਹੋਏ ਹੈਗੇ ਇਸ ਡਿਸੀਜਨ ਤੋਂ, ਕਿਉਂਕਿ ਉਹਨਾਂ ਨੂੰ ਕੰਸਲਟ ਨਹੀਂ ਕੀਤਾ ਗਿਆ। ਜੇ ਕੰਸਲਟ ਕੀਤਾ ਹੁੰਦਾ ਤਾਂ ਫਿਰ ਗੱਲ ਡਿਫਰੈਂਟ ਹੋਣੀ ਸੀ ਨਾ, ਉਹਨਾਂ ਦੀ ਨਾਰਾਜ਼ਗੀ ਇਸ ਗੱਲ ਤੇ ਆ ਜੋ ਮੈਂ ਸਮਝ ਰੱਖਦਾ ਹੈਗਾ ਵੀ ਮਤਲਬ ਕਿ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਭਰੋਸੇ ਜਿਹੜਾ ਨਹੀਂ ਲੈ ਗਿਆ, ਵੱਡੀ ਗੱਲ ਇੱਥੇ। ਚਲੋ ਜਦੋਂ ਪ੍ਰੈਸ ਨੋਟ ਸਾਹਮਣੇ ਆਏਗਾ, ਪਰਮਿੰਦਰ ਢੀਂਡਸਾ ਕਹਿੰਦੇ ਸੀਗੇ ਕਿ ਉਹਦੇ ਵਿੱਚ ਬਹੁਤ ਕੁਝ ਕਲੀਅਰ ਹੋਏਗਾ, ਉਹਦੇ ਤੇ ਵੀ ਗਾਹ ਚਰਚਾ ਚੱਲਦੀ ਰਹੇਗੀ, ਪਰ ਹਾਲ ਦੀ ਘੜੀ ਜਦੋਂ ਇਹ ਪੰਥ ਤੇ ਪੰਜਾਬ ਦਾ ਨਾਰਾ ਹੈ, ਉਹ ਫਿੱਕਾ ਕਿਉਂ ਪੈਂਦਾ ਪੰਜਾਬ 'ਚ ਨਜ਼ਰ ਆਉਂਦਾ, ਖਾਸ ਕਰ ਜਦੋਂ ਪੰਥਕ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਨੀਲੀਆਂ ਦਸਤਾਰਾਂ ਬੰਨੀਆਂ ਹੋਣ, ਇਹਦੇ ਬਾਵਜੂਦ ਵੀ ਇਹ ਨਾਰਾ ਜਿਹੜਾ ਉਸ ਕਿਸਮ ਨਾਲ ਇਹਨਾਂ ਨੂੰ ਮਤਲਬ ਤਾਕਤ ਦਿੰਦਾ ਨਜ਼ਰ ਨਹੀਂ ਆਉਂਦਾ? ਤੁਸੀਂ ਪੰਥ ਨੂੰ ਵੱਡਾ ਕਰਦੇ ਹੋ, ਤੁਸੀਂ ਪੰਜਾਬ ਨੂੰ ਵੱਡਾ ਕਰਦੇ ਹੋ, ਜਾਂ ਫਿਰ ਤੁਸੀਂ ਪਰਿਵਾਰ ਨੂੰ ਵੱਡਾ ਕਰਨ ਵਾਲੀ ਜਾਂ ਉਹਨੂੰ ਮੁੜ ਤੋਂ ਪੈਰਾਂ ਸਿਰ ਕਰਨ ਵਾਲੀ ਗੱਲ ਕਰਦੇ ਹੋ, ਉਹਦੇ ਵਿੱਚ ਕਿਤੇ ਵੀ ਜਿਵੇਂ ਤੁਸੀਂ ਕਿਹਾ ਕਿ ਸਰਵੇ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਅਕਾਲੀ ਦਲ ਕਿਤੇ ਵੀ ਬੈਠਦਾ, ਕਿਤੇ ਵੀ ਮਤਲਬ ਇੱਕ ਅੱਧੀ ਸੀਟ ਤੇ ਵੀ ਜਾਂਦਾ ਨਜ਼ਰ ਨਹੀਂ ਆਉਂਦਾ, ਤਾਂ ਇਹਦਾ ਕੀ ਮਤਲਬ ਸਮਝੇ? ਇਹ ਵੀ ਤਾਂ ਹੋ ਸਕਦਾ ਨਾ ਕਿ ਕੁਝ ਮਤਲਬ ਏਜੰਸੀ ਇਸ ਕਿਸਮ ਦੀਆਂ ਲੱਗੀਆਂ ਹੋਣ ਜਿਹੜੀਆਂ ਜਿਹੜੀ ਹਵਾ ਕਹਿੰਦੇ ਨੇ ਮਤਲਬ ਕਿ ਐਂਟੀ ਇਨਕੰਬੈਂਸੀ ਜਿਹੜੀ ਪੰਜਾਬ ਦੇ ਅੰਦਰ ਬਣੀ ਹੋਈ ਹੈ, ਉਹਦਾ ਜਿਹੜਾ ਵਹਾਅ ਦੂਜੇ ਪਾਸੇ ਨੂੰ ਤੋਰਨ ਵਾਲੇ ਦੀ ਗੱਲ ਹੋਵੇ। ਜਿਹੜੀ ਹੈ ਨਾ ਭਾਰਤੀ ਜਨਤਾ ਪਾਰਟੀ ਦੀ ਹਮੇਸ਼ਾ ਇਹ ਸੋਚ ਰਹੀ ਹੈ ਸੁਖਵਿੰਦਰ, ਕਿ ਜਿੰਨੀਆਂ ਰੀਜਨਲ ਪਾਰਟੀਜ਼ ਨੇ ਉਹਨਾਂ ਨੂੰ ਇਹਨਾਂ ਨੇ ਅੰਦਰੂਨੀ ਤੌਰ ਤੇ ਕਮਜ਼ੋਰ ਕੀਤਾ ਹੈਗਾ, ਜਿਸ ਤਰ੍ਹਾਂ ਇਹਨਾਂ ਨੇ ਸਰ ਸਿਕੰਦਰ ਸਿੰਘ ਮਲੂਕੇ ਦਾ ਪਰਿਵਾਰ ਨੂੰ ਆਪਣੇ ਨਾਲ ਲੜਾਇਆ ਹੈਗਾ, ਉਹਦੀ ਵੀ ਤਾਂ ਮੇਨ ਓਬਜੈਕਟਿਵ ਤਾਂ ਇਹੀ ਹੈ ਨਾ ਕਿ ਜਿਹੜੇ ਹੈਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਮਜ਼ੋਰ ਕਰਨਾ ਹੈਗਾ ਅੰਦਰੂਨੀ ਤੌਰ ਤੇ, ਕਿਉਂਕਿ ਉਹਨਾਂ ਦਾ ਇੱਕ ਸੀਨੀਅਰ ਲੀਡਰ ਹੈ, ਇਹਨਾਂ ਦੀ ਡਿਸਿਪਲਨਰੀ ਕਮੇਟੀ ਦਾ ਉਹ ਚੇਅਰਮੈਨ ਆ, ਜੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਡਿਸੀਜਨ ਲਿਆ ਜਾਂਦਾ ਹੈਗਾ ਤਾਂ ਆਟੋਮੈਟਿਕਲੀ ਉਹ ਵੀ ਆਪਣੇ ਪਰਿਵਾਰ ਨਾਲ ਜਾਣਗੇ, ਕਿਉਂਕਿ ਜਿਸ ਤਰ੍ਹਾਂ ਦੀ ਸਿਆਸਤ ਭਾਰੂ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ, ਕਿਉਂਕਿ ਲੰਮੇ ਚਿਰ ਤੋਂ ਚੱਲੇ ਆ ਰਹੇ ਨਾ, ਇਹ ਪਹਿਲੇ ਵਾਲੇ ਜਥੇਦਾਰ ਤਾਂ ਹੈ ਨਹੀਂ ਗੇ ਕਿ ਪੰਥ ਵਾਸਤੇ ਮੈਂ ਭਾਵੇਂ ਉੱਜਣਾ, ਹੁਣ ਤਾਂ ਹੈਗਾ ਕਿ ਮੇਰੀ ਸਾਈਡ ਸੇਫ ਰਹਿਣੀ ਚਾਹੀਦੀ ਆ, ਬਾਕੀ ਚੀਜ਼ਾਂ ਸਾਰੀਆਂ ਸੈਕੰਡਰੀ ਨੇ। ਇਹਨਾਂ ਨੇ ਇੱਕ ਸਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਇਹ, ਮੈਂ ਤੁਹਾਨੂੰ ਦੋ ਲਾਈਨਾਂ ਕੋਟ ਕਰਦਾ ਹੈਗਾ, ਹਨੇਰਿਆਂ ਦਾ ਇਲਾਜ ਕੀ ਹੈ, ਇਹ ਬੁਝ ਕੇ ਜੀਣਾ ਰਿਵਾਜ ਕੀ ਹੈ, ਬਲਨ ਬਿਨਾ ਹੀ ਮਿਲੇਗਾ ਚਾਨਣ, ਇਹ ਆਸ ਦਿਲ ਵਿੱਚ ਕਦੀ ਨਾ ਰੱਖੀ। ਇਹਨਾਂ ਨੂੰ ਜਿਹੜੀ ਹੈ ਨਾ ਮਿਹਨਤ, ਇਨਕਲੂਸਿਵਲੀ ਮਿਹਨਤ ਕਰਨੀ ਪੈਣੀ ਸੀ, ਜਿਹੜੀ ਇਹ ਕਰ ਨਹੀਂ ਰਹੇ, ਕਿਉਂਕਿ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਇਹਨਾਂ ਨੇ ਹੈਜੀਟੇਸ਼ਨ ਦਿਖਾਈ ਹੈਗੀ ਬਠਿੰਡੇ, ਮੇਰਾ ਖਿਆਲ ਉਹ ਇਹਨਾਂ ਦੀ ਬਹੁਤ ਵੱਡੀ ਸੈਟਬੈਕ ਹੈਗੀ ਆ, ਉਹ ਬੈਡ ਐਡਵਾਈਸ ਦਿੱਤੀ ਆ, ਜੇ ਕਿਸੇ ਨੇ ਐਡਵਾਈਸ ਦਿੱਤੀ ਆ ਤਾਂ ਉਹ ਗਲਤ ਐਡਵਾਈਸ ਦਿੱਤੀ, ਇਹਨਾਂ ਨੂੰ ਅਗਰੈਸਿਵਲੀ ਉਹ ਸੀਟ ਐਲਾਨ ਕਰਨੀ ਚਾਹੀਦੀ ਸੀ ਵੀ ਅਸੀਂ ਸੀਟ ਉਹ ਲੜ ਰਹੇ ਹੈਗੇ। ਹੁਣ ਜਿਹੜੀ ਇਹਨਾਂ ਨੇ ਇੰਨੀ ਡਿਲੇ ਕੀਤੀ ਹੈਗੀ ਆ, ਉਹਦੇ ਨਾਲ ਜਿਹੜਾ ਇਹਨਾਂ ਦਾ ਵਰਕਰ ਹੈਗਾ ਤੇ ਜਿਹੜੀ ਲੀਡਰਸ਼ਿਪ ਆ, ਈਵਨ ਜਿਹੜੀ ਸਰ ਸੁਖਦੇਵ ਸਿੰਘ ਢੀਂਡਸੇ ਵੱਲੋਂ ਇਹ ਕਹਿਣਾ ਕਿ ਅਸੀਂ ਇਸ ਗੱਲੋਂ ਨਾਰਾਜ਼ ਹਾਂ ਕਿ ਸਾਨੂੰ ਪੁੱਛਿਆ ਨਹੀਂ ਗਿਆ, ਉਹਦੇ ਨਾਲ ਵੀ ਵਰਕਰਸ ਦੇ ਵਿੱਚ ਬਹੁਤ ਰੋਂਗ ਮੈਸੇਜ ਆ ਰਿਹਾ ਹੈਗਾ ਪਾਰਟੀ ਦਾ।
ਪਾਰਟੀ ਦੀ ਟੌਪ ਲੀਡਰਸ਼ਿਪ ਦਾ, ਖਾਸ ਕਰਕੇ ਸਰ ਸੁਖਬੀਰ ਸਿੰਘ ਬਾਦਲ ਦਾ। ਤੇ ਤੁਸੀਂ ਕਿਹਾ ਕਿ ਅਕਾਲੀ ਦਲ ਉਸ ਤਰੀਕੇ ਨਾਲ ਟੱਕਰ ਨਹੀਂ ਦੇ ਰਿਹਾ, ਕਿਹੜਾ ਤਰੀਕਾ ਤੁਹਾਨੂੰ ਸਹੀ ਲੱਗਦਾ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਮੈਦਾਨ ਦੇ ਵਿੱਚ ਉਹਨੂੰ ਅਪਣਾਉਣਾ ਚਾਹੀਦਾ ਹੈ, ਜਾਂ ਠੀਕ ਹੈ ਉਹ ਆਪਣੇ ਤੌਰ ਤੇ ਪੰਜਾਬ ਬਚਾਓ ਵਾਲੇ ਪਾਸੇ ਤੁਰੇ ਨੇ, ਬਾਕੀ ਵਿਰੋਧੀ ਪਾਰਟੀਆਂ ਨੂੰ ਲੈ ਕੇ ਵੀ ਇਹੋ ਜਿਹੇ ਬਿਆਨ ਸਾਹਮਣੇ ਆਉਂਦੇ ਨੇ, ਬਿਕਰਮ ਮਜੀਠੀਆ ਆਪਣੇ ਤਰੀਕੇ ਨਾਲ ਬੜੇ ਲੰਮੇ ਹੱਥੀ ਲੈਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਇਸ ਤੋਂ ਵੱਧ ਹੋਰ ਤੁਹਾਨੂੰ ਕੀ ਨਜ਼ਰ ਆਉਂਦਾ ਕਿ ਹੋਰ ਕੀ ਕਰਨ? ਬਚਾਓ ਯਾਤਰਾ ਜਿਹੜੀ ਪੰਜਾਬ ਬਚਾਓ ਯਾਤਰਾ ਉਹਦੇ ਵਿੱਚ ਵੀ ਕਹਿੰਦੇ ਧੁੱਪ ਛਾਂ ਨਹੀਂ ਦੇਖਦੇ, ਠੀਕ ਹੈ ਉੱਪਰ ਛੱਤਾਂ ਲਾਈਆਂ ਨੇ ਪਰ ਫਿਰ ਵੀ ਉਸ ਤਰੀਕੇ ਨਾਲ ਲੱਗੇ ਨੇ ਮੈਦਾਨ ਦੇ ਵਿੱਚ। ਨਹੀਂ ਇਹਨਾਂ ਨੇ ਮਿਹਨਤ ਕੀਤੀ ਹੈਗੀ ਆਪਣੇ ਵੱਲੋਂ ਜਿਸ ਤਰ੍ਹਾਂ ਕੀਤਾ, ਪਰ ਮੇਰਾ ਖਿਆਲ ਉਸ ਯਾਤਰਾ ਨਾਲੋਂ ਚੰਗਾ ਸੀਗਾ ਜੇ ਤੁਰ ਕੇ ਇਹ ਚੱਲਦੇ। ਜਿਸ ਤਰ੍ਹਾਂ ਰਾਹੁਲ ਨੇ ਲੋਕਾਂ ਦੇ ਨਾਲ ਰਲ ਕੇ ਯਾਤਰਾ ਸ਼ੁਰੂ ਕੀਤੀ ਤੇ ਰੰਭੀ ਤੇ ਯਾਤਰਾ ਆਪਣੀ ਕੀਤੀ ਪੂਰੀ ਕੰਪਲੀਟ, ਇਹਨਾਂ ਨੂੰ ਉਸ ਤਰ੍ਹਾਂ ਕਨੈਕਟ ਕਰਨਾ ਚਾਹੀਦਾ ਸੀ ਲੋਕਾਂ ਦੇ ਨਾਲ, ਕਿਉਂਕਿ ਜੇ ਸਿਕਿਉਰਿਟੀ ਦਾ ਇਸ਼ੂ ਹੈਗਾ ਤਾਂ ਰਾਹੁਲ ਗਾਂਧੀ ਲਈ ਵੀ ਤਾਂ ਸਿਕਿਉਰਿਟੀ ਦਾ ਇਸ਼ੂ ਹੈਗਾ। ਬਿਲਕੁਲ, ਪਰ ਮਤਲਬ ਕਿ ਇਹਨਾਂ ਨੂੰ ਕਨੈਕਟ ਕਰਨਾ ਚਾਹੀਦਾ ਸੀ, ਸਾਰੀਆਂ ਆਪਣੀਆਂ ਪਹਿਲੇ ਮੀਟਿੰਗਸ ਹੋਣੀਆਂ ਚਾਹੀਦੀਆਂ ਸੀਗੀਆਂ, ਫਿਰ ਇਹਨਾਂ ਨੂੰ ਟਿਕਟ ਲਾਣੀ ਚਾਹੀਦੀ। ਸਾਰਿਆਂ ਨਾਲੋਂ ਪਹਿਲੀ ਟਿਕਟ ਜੇ ਇਹਨਾਂ ਨੇ ਲਾਣੀ ਸੀ ਤਾਂ ਬਠਿੰਡੇ ਦੀ ਲਾਣੀ ਚਾਹੀਦੀ ਸੀ, ਤਾਂ ਕਿ ਇਹਨਾਂ ਨੂੰ ਜੋ ਭਾਰਤੀ ਜਨਤਾ ਪਾਰਟੀ ਨੇ ਆਪਣੇ ਵੱਲੋਂ ਪਲਾਨ ਕੀਤੀਆਂ ਹੈਗੀਆਂ ਉਹਨਾਂ ਨੂੰ ਇਹਨਾਂ ਨੂੰ ਅਗਰੈਸਿਵਲੀ ਹੈਂਡਲ ਕਰਨਾ। ਹਜੇ ਇਹ ਵੀ ਇਹਨਾਂ ਦੇ ਵਿੱਚ ਜਿਹੜੀ ਹੈ ਨਾ ਭਰੋਸੇਯੋਗਤਾ ਲੋਕਾਂ 'ਚ ਇਹ ਨਹੀਂ ਬਣ ਰਹੀ ਕਿ ਕੀ ਇਹਨਾਂ ਦਾ ਜਿਹੜਾ ਅਲਾਇੰਸ ਹੈਗਾ, ਸਿਰਫ ਵਕਤੀ ਤੌਰ ਤੇ ਨਹੀਂ ਇਹਨਾਂ ਨੇ ਹੁਣ ਅਲਾਇੰਸ ਕੀਤਾ ਕਿ ਜਦੋਂ ਰਿਜ਼ਲਟਸ ਆ ਜਾਣਗੇ ਉਸ ਤੋਂ ਬਾਅਦ ਇਹ ਅਲਾਇੰਸ ਕਰ ਲੈਣਗੇ ਭਾਰਤੀ ਜਨਤਾ ਪਾਰਟੀ ਨਾਲ, ਇਹ ਵੀ ਤਾਂ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਨਾ। ਬਿਲਕੁਲ, ਉਹਦੇ ਬਾਰੇ ਤੋਂ ਚੰਦੂਮਾਜਰਾ ਸਾਹਿਬ ਨੇ ਮੀਡੀਆ 'ਚ ਆ ਕੇ ਕਿਹਾ ਹੀ ਹੈ ਕਿ ਸਾਡੀ ਜਿਹੜੀ ਅਕਾਲੀ ਦਲ ਪਾਰਟੀ ਹੈ, ਸਾਡੇ ਜਿਹੜੇ ਐਮ ਪੀ ਜਿੱਤਣਗੇ ਉਹ ਕਹਿੰਦੇ ਮਤਲਬ ਕਿ ਫੈਸਲਾ ਕੁੰਨ ਹੋਣਗੇ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਲਈ। ਮੈਨੂੰ ਐਗਜੈਕਟ ਸ਼ਬਦ ਨਹੀਂ ਯਾਦ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਕੇਂਦਰ ਦੇ ਵਿੱਚ ਜੇ ਉੱਥੇ ਪ੍ਰਧਾਨ ਮੰਤਰੀ ਬਣਾਉਣ ਦੀ ਜਦੋਂ ਗੱਲ ਤੁਰੀ ਤਾਂ ਉੱਥੇ ਅਸੀਂ ਜਿਹੜਾ ਫੈਸਲਾ ਕੁੰਨ ਸਥਿਤੀ ਦੇ ਵਿੱਚ ਨਜ਼ਰ ਆਵਾਂਗੇ ਉੱਥੇ ਤੇ ਸਾਡੀ ਵੋਟ ਨਾਲ ਹੀ ਸਾਰਾ ਕੁਛ ਤੈਅ ਹੋਏਗਾ। ਇਹੀ ਫਿਰ ਕਨਫਿਊਜ਼ਨ ਆ ਨਾ। ਭਾਰਤੀ ਜਨਤਾ ਪਾਰਟੀ ਨਾਲ ਖੜਨਗੇ, ਇਹਨਾਂ ਨੂੰ ਸਪੈਸੀਫਾਈ ਕਰਨਾ ਚਾਹੀਦਾ ਵੀ ਅਸੀਂ ਜਿਹੜੀ ਵੀ ਕੋਈ ਨੈਸ਼ਨਲ ਪਾਰਟੀ ਜੇ ਇੱਦਾਂ ਦੀ ਸਟੇਲਮੇਟ ਆਉਂਦੀ ਹੈਗੀ ਆ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ, ਅਸੀਂ ਜਿਹੜੀ ਪਾਰਟੀ ਸਾਡੇ ਪੰਜਾਬ ਦੇ ਹੱਕਾਂ ਨੂੰ ਸੁਰੱਖਿਅਤ ਕਰੂਗੀ, ਸਾਡੇ ਜਿਹੜੇ ਸਿੱਖ ਇਸ਼ੂਜ਼ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦਾ ਪ੍ਰੋਮਿਸ ਕਰੂਗੀ, ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਇਹ ਤਾਂ ਬੜਾ ਕਲੀਅਰ ਇਹਨਾਂ ਕੋਲ ਚਾਹੀਦਾ ਏਜੰਡਾ ਇਹ। ਹੁਣ ਆਪਣੇ ਲਈ ਤਾਂ ਦੋਨੋਂ ਪਾਰਟੀਆਂ ਨੈਸ਼ਨਲੀ ਇੱਕੇ ਤਰ੍ਹਾਂ ਦੀਆਂ ਨੇ ਨਾ, ਜੇ ਕਾਂਗਰਸ ਨੇ ਕੀਤਾ ਹੈਗਾ ਤਾਂ ਫਿਰ ਇਹਨਾਂ ਨੇ ਵੀ ਆਪਣੇ ਨਾਲ ਕੋਈ ਭਲੀ ਤਾਂ ਗੁਜ਼ਾਰੀ ਨਹੀਂ ਹੈਗੀ ਭਾਰਤੀ ਜਨਤਾ ਪਾਰਟੀ ਨੂੰ। ਬਿਲਕੁਲ ਸਹੀ ਗੱਲ ਹੈ, ਇਹ ਤਾਂ ਹੁਣ ਚਲੋ ਜੋ ਇਲੈਕਸ਼ਨ ਦੇ ਨਤੀਜੇ ਆਉਣਗੇ 4 ਜੂਨ, ਕਿਹੜਾ ਬਹੁਤ ਹੀ ਦੂਰ ਹੈ, ਪਤਾ ਲੱਗ ਜਾਣਾ ਕਿ ਕੌਣ ਮੈਦਾਨ ਦੇ ਵਿੱਚ ਕਿਵੇਂ ਕਿਸ ਪਾਸੇ ਨਿਤਰਦਾ। ਅਕਾਲੀ ਦਲ ਹਾਲੇ ਹਾਲ ਦੀ ਘੜੀ ਤਾਂ ਉਹਨਾਂ ਮੁੱਦਿਆਂ ਤੇ ਖੜਿਆ ਕਿ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਫੋਕਸ ਕਰਦੇ ਹਾਂ, ਅਸੀਂ ਬੰਦੀ ਸਿੰਘਾਂ ਦੇ ਜਿਹੜੀ ਰਿਹਾਈ ਹੈ ਉਹਨੂੰ ਫੋਕਸ ਕਰਦੇ ਹਾਂ, ਜਾਂ ਹੋਰ ਪੰਜਾਬ ਦੇ ਸਾਰੇ ਮੁੱਦੇ ਉਹਨਾਂ ਨੇ ਵਿੱਚ ਲਿਆ ਕੇ ਪੰਜਾਬ ਦੇ ਪੰਥ ਨੂੰ ਅਹਿਮੀਅਤ ਦੇ ਕੇ ਬੀਜੇਪੀ ਦੇ ਨਾਲ ਕਹਿੰਦੇ ਤਾਂ ਹੀ ਸਾਡਾ ਸਮਝੌਤਾ ਨਾ ਉਹ ਕਿਸਾਨਾਂ ਦੇ ਗੱਲ ਕਰਦੇ। ਇਸੇ ਲਈ ਇਹਨਾਂ ਨੂੰ ਫਿਰ ਅਸ਼ੋਰੈਂਸ ਲੈਣੀ ਪਊਗੀ ਨਾ, ਜਿਹੜੀ ਵੀ ਪਾਰਟੀ ਜਾਂ ਜਿਹੜੇ ਬਲਾਕ ਨੂੰ ਇਹ ਸਪੋਰਟ ਕਰਨਗੇ ਕਿ ਉਹ ਇਹਨਾਂ ਨੂੰ ਸ਼ੋਰ ਕਰਦਾ ਹੈਗਾ ਕਿ ਇਹਨਾਂ ਦੇ ਜਿਹੜੇ ਮੁੱਦੇ ਨੇ ਕੋਰ ਇਸ਼ੂਜ਼ ਨੇ ਉਹਨਾਂ ਨੂੰ ਉਹ ਐਡਰੈਸ ਕਰਨਗੇ ਜਦੋਂ ਪਾਵਰ ਚ ਆਉਣਗੇ। ਬਿਲਕੁਲ,
ਅੱਛਾ ਹੁਣ ਅਗਲੀ ਗੱਲ ਆਪਾਂ ਕਿਸਾਨਾਂ ਦੀ ਕਰੀਏ। ਇਹਨਾਂ ਨੇ ਵੀ ਕਿਸਾਨਾਂ ਦੇ ਮੁੱਦੇ ਨੂੰ ਉਭਾਰਿਆ। ਸ਼ੰਭੂ ਬਾਰਡਰ ਤੇ ਕਿਸਾਨ ਜਿਹੜੇ ਨੇ ਉਹ ਰੇਲਾਂ ਰੋਕ ਕੇ ਬਹਿ ਗਏ ਨੇ। ਉਹ ਕਹਿੰਦੇ ਕਿ ਸਾਡੇ ਵੈਸੇ ਤਾਂ ਖਾਸ ਦੋ ਮਸਲਿਆਂ ਨੂੰ ਉਭਾਰਿਆ ਜਾ ਰਿਹਾ ਕਿ ਇੱਕ ਤਾਂ ਪਰਚੇ ਰੱਦ ਜਿਹੜੇ ਕਰਵਾਏ ਜਾਣ, ਜਿਹੜੇ ਜਿਹੜੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਵੇਂ ਹੁਣ ਹਰਿਆਣੇ ਵਾਲਾ ਨੌਜਵਾਨ ਨਵਦੀਪ ਜਿਹੜਾ ਉਹ ਗ੍ਰਿਫਤਾਰ ਕੀਤਾ ਬਾਰਡਰ ਕੈਨਨ ਵਾਲਾ, ਤੇ ਹੋਰਾਂ ਦੀਆਂ ਵੀ ਗ੍ਰਿਫਤਾਰੀਆਂ ਕਿਸਾਨਾਂ ਦੀਆਂ ਹੋਈਆਂ। ਫਿਰ ਨਾਲੋ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਬਾਰਡਰਾਂ ਦੇ ਉੱਤੇ ਜਿੱਥੇ ਜਿੱਥੇ ਅਸੀਂ ਜਿਵੇਂ ਸ਼ੰਭੂ ਤੇ ਖਨੌਰੀ ਵਾਲੇ ਪਾਸੇ ਧਰਨੇ ਲਾਏ ਨੇ, ਉੱਥੇ ਸਿਕਿਉਰਿਟੀ ਦਾ ਪੁਖਤਾ ਇੰਤਜ਼ਾਮ ਉਸ ਤਰੀਕੇ ਦੇ ਨਾਲ ਕੀਤਾ ਜਾਵੇ ਜਾਂ ਜੋ ਪ੍ਰਸ਼ਾਸਨ ਦੇ ਪ੍ਰਬੰਧ ਨੇ ਉਹ ਕੀਤੇ ਜਾਣ। ਬਾਕੀ ਮੰਗਾਂ ਦੀ ਵੀ ਗੱਲ ਨਾਲੋ ਨਾਲ ਤੁਰਦੀ ਹੈ ਕਿ ਇਹਨਾਂ ਮੰਗਾਂ ਦੇ ਬਾਰੇ ਹੁਣ ਕੇਂਦਰ ਦੀ ਸਥਿਤੀ ਕਿਸ ਪੋਜੀਸ਼ਨ ਦੇ ਵਿੱਚ ਹੈ। ਪਤਾ ਹੀ ਹੈ ਕਿ ਹੁਣ 19 ਅਪ੍ਰੈਲ ਤੋਂ ਤਾਂ ਇਲੈਕਸ਼ਨ ਸ਼ੁਰੂ ਹੋ ਰਹੀਆਂ ਨੇ, ਸਾਰੇ ਪਾਸੇ ਚੋਣ ਜ਼ਾਬਤਾ ਲੱਗਿਆ ਹੋਇਆ, ਕੋਈ ਵੀ ਕੁਝ ਕਰਨ ਦੀ ਸਥਿਤੀ ਵਿੱਚ ਨਹੀਂ ਹੈਗਾ। ਤਾਂ ਇਹਦੇ ਵਿਚਾਲੇ ਹੁਣ ਕਿਸਾਨਾਂ ਦੇ ਸੈਕਸ਼ਨ ਨੂੰ ਕਿਵੇਂ ਸਮਝਿਆ ਜਾਵੇ? ਇੱਕ ਤਾਂ ਅੱਤ ਦੀ ਗਰਮੀ ਹੈ, ਲੋਕਾਂ ਨੇ ਇੱਧਰ ਉੱਧਰ ਆਪਣੀ ਆਵਾਜਾਈ ਦੇ ਦੌਰਾਨ ਜਿਹੜਾ ਜਾਣਾ ਹੁੰਦਾ, ਕੋਈ ਰੇਲਾਂ ਜਾਣੀਆਂ, ਉਹਦੇ ਨਾਲ ਬਹੁਤ ਨਰਾਤੇ ਵੀ ਚੱਲ ਰਹੇ ਨੇ, ਉਹਦੇ ਨਾਲ ਕਾਫੀ ਮਤਲਬ ਲੋਕ ਵੀ ਨਾਰਾਜ਼ਗੀ ਦੇ ਲੋਕਾਂ ਦੀ ਦਾ ਸਾਹਮਣਾ ਕਰਨਾ ਪੈਣਾ। ਨਹੀਂ, ਮੇਰਾ ਖਿਆਲ ਹੈ ਬਹੁਤ ਰੈਸ਼ ਡਿਸੀਜਨ ਹੈਗਾ, ਕਿਉਂਕਿ ਇਸ ਟਾਈਮ ਤੇ ਰੇਲਾਂ ਰੋਕਣੀਆਂ ਉਹ ਤਾਂ ਸਿਰਫ ਜਿਹੜੇ ਜਨਰਲ ਪਾਪੂਲੇਸ਼ਨ ਹੈਗੀ ਆ ਉਹਨਾਂ ਨੂੰ ਇੱਕ ਤਾਂ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ। ਦੂਸਰਾ, ਜਿਹੜੀਆਂ ਆਪਣੇ ਗੁੱਡਸ ਵਗੈਰਾ ਪੰਜਾਬ 'ਚ ਆਉਣੀਆਂ ਨੇ ਉਸ ਦੇ ਵਿੱਚ ਵੀ ਫਰਕ ਪਊਗਾ ਆ ਸਾਰੀ ਆਵਾਜਾਈ ਨੂੰ। ਇਹਦੇ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈਗੀ ਆ, ਪੈਟਰੋਲ ਦੀ ਜਿਹੜੀ ਦਰਾਮਦ ਆ ਉਹਦੇ 'ਤੇ ਫਰਕ ਪੈ ਸਕਦਾ ਹੈਗਾ। ਮਤਲਬ ਅੱਗੇ ਗੈਸ ਸਟੇਸ਼ਨ 'ਤੇ ਕੀ ਜੇ ਸਪਲਾਈ ਰੋਕਤੀ ਇਹਨਾਂ ਨੇ ਸਾਰੀ, ਤਾਂ ਫਿਰ ਅੱਗੇ ਸਪਲਾਈ ਚੱਲੂਗੀ ਕਿਵੇਂ? ਕਿਉਂਕਿ ਰੇਲਾਂ ਦੇ ਰਾਹੀਂ ਬਹੁਤ ਜ਼ਿਆਦਾ ਗੁੱਡਸ ਨੂੰ ਕੈਰੀ ਕੀਤਾ ਜਾ ਰਿਹਾ ਹੈਗਾ, ਅਤੇ ਲੋਕਾਂ ਦੇ ਪੈਸੰਜਰ ਟਰੈਵਲ ਵੀ ਸਾਰਾ ਰੁਕ ਗਿਆ ਇਹਨਾਂ ਨੇ ਸ਼ੁਰੂ। ਇਹਨਾਂ ਨੇ ਮੋਰਚਾ ਲਾਤਾ ਹੋਇਆ ਹੈਗਾ ਉੱਥੇ ਸ਼ੰਭੂ 'ਤੇ, ਜਾ ਬਕਾਇਦਾ ਪੱਕਾ ਮੋਰਚਾ ਇਹਨਾਂ ਨੇ ਸ਼ੁਰੂ ਕਰਤਾ ਹੋਇਆ ਦੁਪਹਿਰ ਤੋਂ। ਹਾਂਜੀ ਬਿਲਕੁਲ, ਤੇ ਇਹਦੇ ਨਾਲ ਮੈਂ ਜਿਵੇਂ ਕਿਹਾ ਕਿ ਲੋਕਾਂ ਦੇ ਵਿੱਚ ਕਾਫੀ ਗੁੱਸਾ, ਵਪਾਰੀਆਂ 'ਚ ਵੀ ਹੋਣਾ, ਪਰ ਕਿਸਾਨ ਜਿਹੜੇ ਨੇ ਜੇ ਕੇਂਦਰ ਉਹਨਾਂ ਦੀਆਂ ਮੰਗਾਂ ਜਾਂ ਸੂਬਾ ਸਰਕਾਰ ਉਹਨਾਂ ਦੀ ਮੰਗ ਉਸ ਤਰੀਕੇ ਨਾਲ ਨਹੀਂ ਮੰਨਦੀ, ਤਾਂ ਇਹਦਾ ਅਸੀਂ ਕੀ ਮਤਲਬ ਸਮਝਿਆ ਜਾਵੇ ਕਿ ਇਹਦੇ ਕੀ ਨਤੀਜੇ ਨਿਕਲ ਸਕਦੇ ਨੇ? ਇਹ ਜਿਹੜਾ ਰੋਸ ਆ ਉਹ ਕਿੱਧਰ ਨੂੰ ਜਾ ਸਕਦਾ? ਇਲੈਕਸ਼ਨ ਸਿਰ ਦੇ ਉੱਤੇ ਆ ਗਈਆਂ, ਹੁਣ ਤਾਂ ਚੋਣਾਂ ਪੈ ਜਾਣ, ਵੋਟਾਂ ਪੈਣੀਆਂ ਸ਼ੁਰੂ ਹੋ ਰਹੀਆਂ ਨੇ, ਉਹਦੇ ਵਿੱਚ ਇਹ ਜਿਹੜੀਆਂ ਦੋ ਧਿਰਾਂ ਲੱਗੀਆਂ, ਇੱਕ ਗੈਰ ਰਾਜਨੀਤਿਕ ਤੇ ਇੱਕ ਨਾਲ ਕਿਸਾਨ ਮਜ਼ਦੂਰ ਵਾਲੇ। ਨੈਚੁਰਲੀ ਹੁਣ ਗਵਰਨਮੈਂਟ ਕੀ ਇਸ ਪੋਜੀਸ਼ਨ 'ਚ ਹੈਗੀ ਆ ਵੀ ਕੋਈ ਡਿਸੀਜਨ ਲੈ ਸਕਦੇ ਆ? ਉਹ ਭਾਵੇਂ ਕਿ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ ਜਿਹੜੀ ਉਹ ਰਿਹਾਈ ਮੰਗ ਰਹੇ ਹੈਗੇ ਆ, ਪਰ ਜੇ ਹੁਣ ਉਹ ਸਰਕਾਰ ਕਹੂਗੀ ਵੀ ਅਸੀਂ ਕੋਡ ਆਫ ਕੰਡਕਟ ਲੱਗਿਆ ਹੋਇਆ, ਅਸੀਂ ਕੋਈ ਡਿਸੀਜਨ ਲੈ ਹੀ ਨਹੀਂ ਸਕਦੇ, ਫਿਰ ਇਹ ਤਾਂ ਪੋਲ ਆਪਣੇ ਚੋਣ ਕਮਿਸ਼ਨ ਕੋਲੇ ਗੱਲ ਚਲੀ ਜਾਊਗੀ ਇਹ ਵੀ ਉਹ ਕੀ ਉਹ ਡਾਇਰੈਕਟ ਕਰਨਗੇ ਹਰਿਆਣਾ ਗਵਰਨਮੈਂਟ ਨੂੰ ਵੀ ਇਹ ਰੇਲ ਟ੍ਰੈਫਿਕ ਨੂੰ ਬਹਾਲ ਕਰਨ ਲਈ ਜਿਹੜੀਆਂ ਉਹਨਾਂ ਦੀਆਂ ਮੰਗਾਂ ਉਹ ਮੰਨ ਲਿੱਤੀਆਂ ਜਾਣ। ਇਹ ਕਾਫੀ ਟਿਕਲਿਸ਼ ਕੁਐਸਚਨ ਹੋਊਗਾ, ਕਿਉਂਕਿ ਗਵਰਨਮੈਂਟ ਤਾਂ ਕਹਿ ਸਕਦੀ ਹੈ ਕਿ ਸਾਡੇ ਕੋਲੇ ਹੁਣ ਕੋਈ ਪਾਵਰ ਨਹੀਂ ਹੈਗੀ, ਸਾਡੇ ਕੋਲੇ ਤਾਂ ਕੋਡ ਆਫ ਕੰਡਕਟ ਲੱਗਿਆ ਹੋਇਆ ਹੁਣ। ਬਿਲਕੁਲ, ਕਿਉਂਕਿ ਜੇ ਉਹ ਕੋਈ ਡਿਸੀਜਨ ਲੈਣਗੇ ਤਾਂ ਲੱਗੂਗਾ ਕਿ ਅਪੀਸਮੈਂਟ ਦੀ ਪਾਲਿਸੀ ਵਰਤ ਰਿਹਾ ਉਹ ਕਿਸਾਨਾਂ ਨੂੰ। ਜੀ, ਹਾਲ ਦੀ ਘੜੀ ਜਿਹੜੀ ਆਮ ਆਦਮੀ ਪਾਰਟੀ ਦੀ ਸਥਿਤੀ ਤੇ ਵੀ ਨਜ਼ਰ ਮਾਰਨੀ ਹੈ ਕਿ ਭੁੱਚੋ ਮੰਡੀ ਦੇ ਵਿੱਚ ਜਿਹੜੇ ਉਹ MLA, ਉਹਨਾਂ ਦਾ ਮੇਰਾ ਨਾਮ ਵਿਸਰ ਰਿਹਾ, ਉਹਨਾਂ ਨੇ ਹਾਂਜੀ ਉਹਨਾਂ ਨੇ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ। ਇੱਕ ਤਾਂ ਉਹਦਾ ਵਿਰੋਧ, ਉਹਦਾ ਰੋਸ ਕਾਫੀ ਸੀਗਾ,
ਉਹਨੂੰ ਲੈ ਕੇ ਉਹਨਾਂ ਨੇ ਮਾਫ਼ੀ ਵੀ ਮੰਗ ਲਈ। ਪਰ ਇੱਕ ਇਸ ਮਾਨਸਿਕਤਾ ਨੂੰ ਅਸੀਂ ਕਿਵੇਂ ਸਮਝੀਏ? ਇੱਕ ਪਾਸੇ ਤਾਂ ਤੁਸੀਂ ਕਿਸਾਨਾਂ ਦੇ ਭਲੇ ਦੀ ਗੱਲ ਮੁੱਖ ਮੰਤਰੀ ਸਾਹਿਬ ਆਪ ਕਹਿ ਰਹੇ ਨੇ ਕਿ ਫਸਲਾਂ ਜਿਹੜੀਆਂ ਮੰਡੀ ਦੇ ਵਿੱਚ ਨਹੀਂ ਰੁੜਨਗੀਆਂ ਉਸ ਤਰੀਕੇ ਦੇ ਨਾਲ, ਕਣਕ ਦੀ ਫਸਲ ਦਾ ਜਿਹੜੇ ਪ੍ਰਾਈਵੇਟ ਵਪਾਰੀ ਭਾਅ ਵੱਧਦੇ ਨੇ, ਚੰਗੀ ਗੱਲ ਪੰਜਾਬ ਲਈ ਸੁਖਾਵੀ ਹੈ। ਦੂਜੇ ਪਾਸੇ ਖੇਤੀ ਮੰਤਰੀ ਜੇ ਲੋਕਾਂ ਦੇ ਵਿੱਚ ਨਹੀਂ ਜਾ ਪਾ ਰਹੇ, ਕਿਸਾਨ ਉੱਥੇ ਵਿਰੋਧ ਕਰ ਰਹੇ ਨੇ, ਤੇ ਜੇ MLA ਉੱਥੇ ਪਹੁੰਚਦੇ ਨੇ ਤਾਂ ਉਹ ਜਾ ਕੇ ਉਲਟਾ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਮਤਲਬ ਕਿ ਪ੍ਰਭਾਸ਼ਿਤ ਕਰ ਦਿੰਦੇ ਨੇ, ਜਿਹਨੂੰ ਲੈ ਕੇ ਕਾਫੀ ਵਿਰੋਧ ਵੱਧਦਾ। ਹੁਣ ਇੱਕ ਹੋਰ ਵੀਡੀਓ ਆਈ ਕਿ ਇੱਕ ਥਾਣੇ ਦੇ ਬਾਹਰ, ਉੱਥੇ ਪੁੱਛੋ ਮੰਡੀ ਥਾਣੇ ਦੇ ਬਾਹਰ ਉਹ ਧਰਨਾ ਦੇ ਰਹੇ ਸੀਗੇ MLA ਸਾਹਿਬ ਇਹੀ ਵੇਲੇ, ਤੇ ਉੱਥੇ ਗੋਲੀਆਂ ਚਲਾ ਦਿੱਤੀਆਂ ਬਦਮਾਸ਼ਾਂ ਨੇ ਸਿੱਧੀਆਂ ਜਿੱਥੇ ਆਪ MLA ਸਾਹਿਬ ਬੈਠੇ ਹੋਣ। ਇਹਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਤੇ ਇਹਨਾਂ ਦੇ ਰਾਜ ਦੌਰਾਨ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਹੈ ਉਹ ਕਿੱਦਾਂ ਦੀ ਬਣੀ ਹੋਈ ਹੈ? ਇਹ ਨਾ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ, ਕੱਲ ਕੇ ਉਹਨਾਂ ਨੇ ਅਮਿਤ ਖੁੱਡੀਆਂ ਹੈਗਾ ਜਿਹੜਾ ਗੁਰਮੀਤ ਸਿੰਘ ਖੁੱਡੀਆਂ ਦਾ ਬੇਟਾ ਹੈਗਾ, ਉਹਨਾਂ ਨੇ ਮੀਟਿੰਗ ਰੱਖੀ ਹੋਈ ਸੀਗੀ ਗੋਨਿਆਣੇ ਮੰਡੀ, ਉੱਥੇ ਉਹਨਾਂ ਦੇ ਜਿਹੜੇ ਆਪ ਦੇ MLA ਸੀਗੇ ਉਸ ਇਲਾਕੇ ਦੇ, ਉਹਨਾਂ ਨੂੰ ਵੀ ਉੱਥੇ ਸੱਦਿਆ ਹੋਇਆ ਸੀਗਾ। ਪਰ ਕਿਸਾਨਾਂ ਨੇ ਉੱਥੇ ਜਾ ਕੇ ਆਪਣਾ ਰੋਸ ਮੁਜ਼ਾਹਰਾ ਸ਼ੁਰੂ ਕਰਤਾ, ਜਿਸ ਤੋਂ ਦੇਖਦਿਆਂ ਹੋਇਆ ਉਹਨਾਂ ਨੇ ਆਪਣੀ ਮੀਟਿੰਗ ਉੱਥੋਂ ਕੈਂਸਲ ਕਰਤੀ ਸੀਗੀ, ਨਾ ਕਰਨ ਦਾ ਪ੍ਰੋਗਰਾਮ ਬਣਾ ਲਿਆ। ਉੱਥੇ ਇਹਨਾਂ ਨੇ ਜਿਹੜੇ ਜਗਸੀਰ ਸਿੰਘ ਹੈਗੇ ਪਚੋ ਮੰਡੀ ਵਾਲੇ, ਇਹਨਾਂ ਨੇ ਉੱਥੇ ਇੱਕ ਬਹੁਤ ਰੈਸ਼ ਸਟੇਟਮੈਂਟ ਦਿੱਤੀ ਹੈਗੀ, ਜਿਹਦੇ ਨਾਲ ਕਿਸਾਨਾਂ ਵਿੱਚ ਕਾਫੀ ਰੋਹ ਉੱਠਿਆ ਹੈਗਾ। ਤੇ ਹੁਣ ਜਿਹੜੀ ਤੁਸੀਂ ਆਹ ਗੱਲ ਦੱਸ ਰਹੇ, ਇਹ ਤਾਂ ਅੱਜ ਦੀ ਗੱਲ ਆ ਨਾ? ਹਾਂਜੀ, ਇਹ ਤਾਂ ਅੱਜ ਦੀ ਗੱਲ ਆ, ਇਹਦਾ ਹਜੇ ਪੂਰੀ ਤਰ੍ਹਾਂ ਆਪਾਂ ਨੂੰ ਖਬਰ ਪੂਰੀ ਆਈ ਵੀ ਨਹੀਂ ਵੀ ਕੀ ਕਾਰਨ ਹੈਗਾ, ਗੋਲੀ ਚੱਲਣ ਦਾ ਕੀ ਕਾਰਨ ਆ, ਤੇ ਕੀ ਕਿਸੇ ਨੇ ਇਹਨਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ, ਕਿਉਂਕਿ ਉਹਦੇ ਵਿੱਚ ਟਰੱਕ ਯੂਨੀਅਨ ਦਾ ਰੌਲਾ ਵੀ ਵਿੱਚ ਆ ਰਿਹਾ ਹੈਗਾ। ਬਿਲਕੁਲ, ਹਾਲ ਦੀ ਘੜੀ ਤੇ ਚਲੋ ਜਿਉਂ ਜਿਉਂ ਸਥਿਤੀ ਸਪਸ਼ਟ ਹੋਏਗੀ, ਪਰ ਇੱਕ ਵਾਰ ਇਸ ਜਿਹੜੀ ਪੰਜਾਬ ਦੀ ਕਾਨੂੰਨ ਵਿਵਸਥਾ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠਦੇ ਨੇ, ਖਾਸ ਕਰ ਜਦੋਂ ਆਮ ਆਦਮੀ ਪਾਰਟੀ ਦੇ MLA ਕੁੰਵਰ ਵਿਜੇ ਪ੍ਰਤਾਪ ਲਗਾਤਾਰ ਆਪਣੀ ਸਰਕਾਰ ਨੂੰ ਆਪਣੀ ਸਰਕਾਰ ਦੇ ਮੰਚ ਦੇ ਉੱਤੇ ਲਗਾਤਾਰ ਘੇਰਨ ਤੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿਣ ਕਿ ਪੰਜਾਬ 'ਚ ਨਸ਼ੇ ਜਿਹੜੇ ਨੇ ਉਹ ਪੁਲਿਸ ਦੀ ਜਿਹੜੀ ਹੈ ਉਹ ਕੁਸ਼ਤ ਪਣਾਈ ਵਿੱਚ ਵਿਕਦੇ ਨੇ, ਤੇ ਉੱਤੋਂ ਰਾਘਵ ਚੱਡਾ ਹੋਰਾਂ ਦਾ ਨਾਮ ਲੈ ਦੇਣਾ, ਇਹ ਬਹੁਤ ਵੱਡੀ ਗੱਲ ਹੈ, ਇਹਦੇ ਉੱਤੇ ਵੀ ਕਾਫੀ ਚਰਚਾ ਹੋ ਰਹੀ ਹੈ ਗਿੱਲ ਸਾਹਿਬ। ਉਹਨਾਂ ਨੇ ਜਿਹੜਾ ਕਿਹਾ ਨਾ, ਉਹਨਾਂ ਨੇ ਕਿਹਾ ਕਿ ਜਿਹੜੇ ਦੋ ਪੁਲਿਸ ਆਫਿਸਰ ਉਹ ਕਹਿ ਰਹੇ ਹੈਗੇ ਕਿ ਜਿਹਨਾਂ ਦਾ ਡਰੱਗ ਟ੍ਰੇਡ ਦੇ ਵਿੱਚ ਹੱਥ ਹੈਗਾ ਜਾਂ ਫੈਸਿਲੀਟੇਟ ਕਰ ਰਹੇ ਆ ਡਰੱਗ ਟ੍ਰੇਡ ਨੂੰ, ਉਸ ਉਹਨਾਂ ਨੂੰ ਕਹਿ ਵੀ ਰਹੇ ਆ ਵੀ ਉਹ ਇੱਥੇ ਅੰਮ੍ਰਿਤਸਰ ਵਿੱਚ ਲੱਗੇ ਹੋਏ ਹੈਗੇ, ਇੱਕ DSP ਦਾ ਕਹਿ ਰਹੇ, ਇੱਕ SP ਦਾ ਕਹਿ ਰਹੇ ਹੈਗੇ। ਉਹਨਾਂ ਨੇ ਕਿਹਾ ਵੀ ਇਹਨਾਂ ਦੋਨੋਂ ਜਿਹੜੇ ਹੈਗੇ ਫੇਵਰੇਟ ਆਫਿਸਰਸ ਨੇ ਰਾਘਵ ਚੱਡੇ ਦੇ, ਸੋ ਉਹਨਾਂ ਨੇ ਇਸ ਤਰ੍ਹਾਂ ਕਿਹਾ ਹੈਗਾ, ਇਨਡਾਇਰੈਕਟਲੀ ਉਹ ਗੱਲ ਕਹੀ ਹੈਗੀ ਆ ਵੀ ਕੀ ਹੁਣ ਇਹਨਾਂ ਦੀ ਆਪਸ ਚ ਰਾਘਵ ਚੱਡੇ ਦੀ ਕੀ ਇਨਵੋਲਵਮੈਂਟ ਆ। ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਦੋਨੋਂ ਆਫਿਸਰ ਆ ਇਹ ਚਹੇਤੇ ਆਫਿਸਰ ਨੇ ਰਾਘਵ ਚੱਡੇ ਦੇ, ਸ਼ਾਇਦ ਉਹਦੀ ਪੋਸਟਿੰਗ ਵਗੈਰਾ ਉਹਨਾਂ ਨੇ ਕਰਾਈ ਹੋਵੇ। ਡੈਮੇਜਿੰਗ ਸਟੇਟਮੈਂਟ ਦਿੱਤੀ ਉਹਨਾਂ ਨੇ ਉਦੋਂ ਜਦੋਂ ਬੋਲੇ ਆ ਸਟੇਜ ਤੇ, ਤਾਂ ਉਸ ਟਾਈਮ ਤੇ ਸਰ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਅੰਮ੍ਰਿਤਸਰ ਤੋਂ ਇਹਨਾਂ ਦੇ ਕੈਂਡੀਡੇਟ ਹੈਗੇ ਆ ਤੇ ਮਿਨਿਸਟਰ ਵੀ ਨੇ ਪੰਜਾਬ ਗਵਰਨਮੈਂਟ ਦੇ ਵਿੱਚ, ਉਹ ਵੀ ਸਟੇਜ ਤੇ ਬੈਠੇ ਸੀਗੇ। ਬਿਲਕੁਲ, ਹੈਰਾਨਗੀ ਤੇ ਇਸ ਗੱਲ ਦੀ ਹੈ ਨਾ ਕਿ ਜਦੋਂ ਆਪਣੀ ਸਰਕਾਰ ਦਾ MLA ਸਰਕਾਰ ਦੇ
ਜਿਹੜੀਆਂ ਨਿਯੁਕਤੀਆਂ ਇਹਨਾਂ ਨੂੰ ਲੈ ਕੇ ਸਵਾਲ ਚੁੱਕੇ ਕਿ ਰਾਘਵ ਚੱਡਾ ਹੋਰਾਂ ਦੇ ਕਹਿਣ ਤੇ ਨਿਯੁਕਤੀਆਂ ਆਈਆਂ ਜਾਂ ਉਹਨਾਂ ਦੇ ਖਾਸਮ ਖਾਸ ਬੰਦੇ ਨੇ ਉਹਨਾਂ ਦੇ ਤਹਿਤ ਜਿਹੜਾ ਉਹ ਨਸ਼ਾ ਵਿਕ ਰਿਹਾ, ਤਾਂ ਇਹਦੇ ਇਹਦੇ ਹੋਰ ਵੀ ਤਾਂ ਬਹੁਤ ਮਾਇਨੇ ਨਿਕਲਦੇ ਨੇ ਕਿ ਆਖਿਰਕਾਰ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਨੂੰ ਖਤਮ ਕਰ ਦੇਣਾ ਪੰਜਾਬ ਚੋਂ, ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਗਾਤਾਰ ਤੁਹਾਡੇ ਇੱਥੇ ਲੁਧਿਆਣੇ 'ਚ ਵੀ ਸਾਈਕਲ ਰੈਲੀ ਕੱਢ ਕੇ ਗਏ ਜਾਂ ਹੋਰ ਵੀ ਅੱਗੇ ਵੀ ਦਾਅਵੇ ਬਹੁਤ ਕੀਤੇ ਜਾਣਗੇ ਚੋਣ ਜ਼ਾਬਤਾ ਲੰਘਣ ਤੋਂ ਬਾਅਦ, ਤਾਂ ਕੀ ਇਹ ਸਾਰਾ ਕੁਝ ਨੰਗਾ ਚਿੱਟਾ ਨਹੀਂ ਹੁੰਦਾ? ਕੀ ਇਹ ਨਜ਼ਰ ਨਹੀਂ ਆਉਂਦਾ ਉੱਪਰਲੇ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੂੰ? ਨਹੀਂ, ਇਹ ਤਾਂ ਦੇਖ ਹੀ ਰਿਹਾ ਕਿ ਬੜੀ ਬਹੁਤ ਵੱਡਾ ਫੇਲੀਅਰ ਆ ਗਵਰਨਮੈਂਟ ਦਾ। ਇਕੱਲੇ ਇਹੀ ਐਮ ਐਲ ਏ ਆਵਾਜ਼ ਨਹੀਂ ਠਾ ਰਹੇ, ਅਖਬਾਰਾਂ ਚ ਵੀ ਲਗਾਤਾਰ ਆ ਰਿਹਾ। ਤੁਸੀਂ ਦੇਖੋ ਰਾਜਜੀਤ ਜਿਹੜਾ ਸੀਗਾ, ਹਜੇ ਤੱਕ ਜਿਹੜਾ ਪੁਲਿਸ ਆਫਿਸਰ ਆ ਉਹਨਾਂ ਤੋਂ ਅਰੈਸਟ ਨਹੀਂ ਕੀਤਾ ਗਿਆ, ਉਹ ਜਦਕਿ ਉਹ ਏਡੇ ਵੱਡੇ ਕੇਸ ਵਿੱਚੋਂ ਭਗੌੜਿਆ ਹੈਗਾ, ਤੇ ਨਾਲੇ ਉਹਨਾਂ ਦਾ ਸਾਰਾ ਬਾਏ ਨੇਮ ਐਫ ਆਈ ਆਰ ਕੱਟੀ ਹੋਈ ਹੈਗੀ, ਉਹਨਾਂ ਦੀ ਪ੍ਰੋਪਰਟੀ ਵੀ ਇਹਨਾਂ ਨੇ ਸੋ ਕਾਲਡ ਜ਼ਬਤ ਕੀਤੀ ਹੈ ਜਾਂ ਨੋਟਿਸ ਲਾਏ ਹੈਗੇ ਆ। ਪਰ ਇਹਨਾਂ ਦਾ ਇੱਕ ਹੀ ਨਹੀਂ, ਹੋਰ ਵੀ ਕਈ ਆਫਿਸਰਸ ਤੇ ਇਸ ਤਰ੍ਹਾਂ ਫੈਸਿਲੀਟੇਸ਼ਨ ਦੇ ਦੋਸ਼ ਲੱਗੇ ਹੈਗੇ ਪੰਜਾਬ ਪੁਲਿਸ ਦੇ ਵਿੱਚ। ਬਿਲਕੁਲ, ਜਦੋਂ ਪੁਸ਼ਤ ਬਣਾਈ ਆਪਣੇ ਅਫਸਰਾਂ ਦੀ ਵੀ ਕੀਤੀ ਜਾਏ, ਉਹਨਾਂ ਦਾ ਹੱਥ ਨਾ ਆਉਣਾ, ਫੜਨਾ ਤਾਂ ਕਿਸੇ ਨੂੰ ਜਿੱਥੋਂ ਮਰਜ਼ੀ ਪਤਾਲ ਚੋਂ ਫੜ ਲਿਆ, ਪੁਲਿਸ ਜੇ ਨਹੀਂ ਫੜਨਾ ਤਾਂ ਬੰਦਾ ਮੁੜ ਕੇ ਭਗੌੜਾ ਵੀ ਹੋ ਜਾਂਦਾ, ਮੁੜ ਕੇ ਫਿਰ ਤਰੀਕਾ ਵੀ ਭੁਗਤ ਜਾਂਦਾ। ਇਹ ਬਹੁਤ ਸਾਰੇ ਸਵਾਲ ਰਾਜਜੀਤ ਦੇ ਮਾਮਲੇ ਚ ਵੀ ਸਾਹਮਣੇ ਆਏ ਕਿ ਆਖਿਰਕਾਰ ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਜਿਹੜੀਆਂ ਅਦਾਲਤਾਂ ਚ ਰਿਪੋਰਟਾਂ ਪਈਆਂ ਉਹਨਾਂ ਨੂੰ ਜਨਤਕ ਕਰਾਂਗੇ ਜਾਂ ਮਜੀਠੀਏ ਨੂੰ ਲੈ ਕੇ ਬੜਾ ਜ਼ੋਰ ਲਾਇਆ, ਤੇ ਹੁਣ ਕੀ ਇਹੋ ਜਿਹਾ ਵਾਪਰ ਰਿਹਾ ਕਿ ਇਹ ਮਸਲੇ ਜਿਹੜੇ ਨੇ ਅੰਜਾਮ ਤੱਕ ਨਹੀਂ ਪਹੁੰਚਦੇ, ਤਾਂ ਲੋਕਾਂ ਦੇ ਵਿੱਚ ਇੱਕ ਬੇਯਕੀਨੀ ਬੇਭਰੋਸਗੀ ਜਿਹੜੀ ਹੈ ਉਹ ਸਰਕਾਰ ਦੇ ਪ੍ਰਤੀ ਬਣਦੀ ਹੈ। ਜਿਹੜੇ ਐਕਸਾਈਜ਼ ਪਾਲਿਸੀ ਵਾਲਾ ਰੌਲਾ ਹੈ ਗਿੱਲ ਸਾਹਿਬ, ਉਹ ਵੀ ਕਾਫੀ ਵੱਡਾ ਪੰਜਾਬ ਵਿੱਚ ਹੁੰਦਾ ਜਾ ਰਿਹਾ। ਕੋਈ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਵੀ ਰੌਲਾ ਪੈ ਰਿਹਾ ਕਿ ਕੋਈ ਠੇਕੇ ਜਿਹੜੇ ਨੇ ਉਸ ਤਰੀਕੇ ਨਾਲ ਬੋਲੀ ਤੇ ਨਹੀਂ ਚੱਲ ਰਹੇ, ਉਹਨੂੰ ਹੋਰ ਘਟਾਇਆ ਜਾ ਰਿਹਾ, ਜਾਂ ਇਸ ਕਿਸਮ ਦੀਆਂ ਖ਼ਬਰਾਂ ਕਿ ਪੰਜਾਬ ਦੇ ਵਿੱਚ ਵੀ ਖਲਬਲੀ ਮੱਚੀ ਹੋਈ ਹੈ ਅਫਸਰਸ਼ਾਹੀ ਤੋਂ ਲੈ ਕੇ ਸਰਕਾਰ ਦੇ ਵਿੱਚ ਵੀ, ਕਿ ਆਖਿਰਕਾਰ ਜੇ ਉੱਤੋਂ ਈਡੀ ਜਾਂ ਸੀਬੀਆਈ ਜਾਂ ਉਹ ਪ੍ਰੈਸ਼ਰ ਬਣਦਾ ਤਾਂ ਉਹਦੇ ਨਾਲ ਕਿੱਦਾਂ ਨਜਿੱਠਿਆ ਜਾਏਗਾ, ਤੇ ਇਹ ਸਰਕਾਰ ਦੇ ਗਲੇ ਦੀ ਹੱਡੀ ਵੀ ਸਾਬਤ ਹੋ ਰਿਹਾ। ਅੱਜ ਮੇਰੇ ਖਿਆਲ ਅਜੀਤ ਅਖਬਾਰ ਵਿੱਚ ਖਬਰ ਲੱਗੀ ਹੈਗੀ ਕਿ ਜਿਹੜੀ ਇਹ ਸਾਈਜ਼ ਪਾਲਿਸੀ ਆ ਪੰਜਾਬ ਵਾਲੀ, ਇਹਨੂੰ ਸਟੱਡੀ ਕਰ ਰਿਹਾ ਹੈਗਾ ਐਨਫੋਰਸਮੈਂਟ ਡਾਇਰੈਕਟੋਰੇਟ। ਉਸ ਇੱਕ ਇਹਨਾਂ ਦੇ ਜਿਹੜੇ 150 ਕਰੋੜ ਦੇ ਜਿਹੜੇ ਆਕਸ਼ਨ ਹੋਣਾ ਸੀਗਾ ਵੈਂਟਸ ਦੀ, ਉਹ ਹੋਈ ਨਹੀਂ ਇਹਨਾਂ ਦੀ ਜਿਸ ਤਰ੍ਹਾਂ ਸਰਕਾਰ ਚਾਹੁੰਦੀ ਸੀਗੀ। ਫਿਰ ਇਹਨਾਂ ਨੇ ਜਿਹੜਾ L1 ਲਾਇਸੈਂਸ ਇੱਕ ਪਾਰਟੀ ਨੂੰ ਦਿੱਤਾ ਹੋਇਆ ਸੀਗਾ, ਉਹਨੂੰ ਵੀ ਇਹਨਾਂ ਨੇ ਫਿਰ ਫੋਰ ਟਾਈਮ ਬੀਂਗ ਵਿਦ ਹੋਲਡ ਕਰ ਲਿਆ ਹੈਗਾ। ਸੋ ਉਹਨਾਂ ਤੇ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਡਰ ਹੈਗਾ ਪੰਜਾਬ ਦੀ ਮਿਨਿਸਟਰੀ ਨੂੰ ਵੀ ਤੇ ਪੰਜਾਬ ਦੇ ਆਫਿਸਰਸ ਨੂੰ ਵੀ ਕਿਤੇ ਸਾਡਾ ਵੀ ਦਿੱਲੀ ਵਾਲੀ ਪਾਲਿਸੀ ਵਾਂਗੂ ਸਾਡੇ ਵੀ ਆਲੇ ਦੁਆਲੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਘੇਰਾਬੰਦੀ ਨਾ ਹੋਵੇ। ਸੋ ਇਹ ਤਾਂ ਉਹਨਾਂ ਦਾ ਡਰ ਪਾਇਆ ਹੀ ਜਾ ਰਿਹਾ ਹੈਗਾ, ਕਿਉਂਕਿ ਜੇ ਦਿੱਲੀ ਪਾਲਿਸੀ ਗਲਤ ਹੈਗੀ ਐਕਸਾਈਜ਼ ਵਾਲੀ, ਤਾਂ ਫਿਰ ਉਹਦੇ ਨਾਲ ਪੰਜਾਬ ਦਾ ਸੰਬੰਧ ਤਾਂ ਹੋਊਗਾ ਹੀ ਹੋਊਗਾ। ਬਿਲਕੁਲ, ਜਿੱਥੇ ਤੱਕ ਸਵਾਲ ਹੁਣ ਇਹ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਵੀ ਰੌਲਾ ਪਾਈ ਆਉਂਦੇ ਨੇ ਕਿ ਸ਼ਰਾਬ ਘੁਟਾਲਾ ਐਕਸਾਈਜ਼ ਕਰਕੇ ਸਾਡੀ ਸਰਕਾਰ ਨੂੰ ਡੇਗਣਾ ਚਾਹੁੰਦੇ ਨੇ, ਇੱਧਰ ਚੰਨੀ ਸਾਹਿਬ ਵੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ 4 ਜੂਨ ਦੇ ਲੋਕ ਸਭਾ ਨਤੀਜਿਆਂ ਤੋਂ ਬਾਅਦ ਆਪਣੇ ਆਪ ਪੰਜਾਬ ਵਿੱਚ ਡਿੱਗ ਜਾਏਗੀ, ਆਪਣੇ ਭਾਰ ਨਾਲ ਹੀ ਉਹ ਕਹਿੰਦੇ ਸਰਕਾਰ ਡਿੱਗ ਜਾਏਗੀ, ਇਹਨਾਂ ਨੂੰ ਕੋਈ ਸੀਟਾਂ ਨਹੀਂ ਆਉਣਾ। ਠੀਕ ਹੈ, ਸਿਆਸੀ ਲੀਡਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਨੇ, ਪਰ ਸਰਕਾਰ ਦੇ ਅੰਦਰ ਵੀ ਇਹੀ ਚਰਚਾ ਵੀ ਸਰਕਾਰ ਰਹਿਣੀ ਜਾਂ ਨਹੀਂ ਰਹਿਣੀ। ਮਤਲਬ ਕਿ ਜਿਹੜੇ MLAs ਜਾਂ ਜਿਹੜੇ ਵਰਕਰ ਜਾਂ ਜਿਹੜੇ ਭਮੱਕੜ ਜਿਹਨਾਂ ਨੂੰ ਕਿਹਾ ਜਾਂਦਾ, ਜੇ ਉਹਨਾਂ ਨੂੰ ਸਰਕਾਰ ਦੇ ਵਿੱਚ ਉਹੋ ਜਿਹੀ ਅਹਿਮੀਅਤ ਨਹੀਂ ਮਿਲਦੀ ਤਾਂ ਉਹਨਾਂ ਦੇ ਅੰਦਰ ਨਿਰਾਸ਼ਾ ਹੁੰਦੀ ਹੈ, ਤੇ ਉਹ ਉਸੇ ਨਾਰਾਜ਼ਗੀ ਦੇ ਵਿੱਚੋਂ ਕੁਝ ਇਹੋ ਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਹੁਣ ਅਸੀਂ ਫਿਰ ਇਹਨਾਂ ਦਾ ਸਾਥ ਕਿਉਂ ਦੇਈਏ, ਤੇ ਉਹਦੇ ਵਿੱਚੋਂ ਸਰਕਾਰ ਦਾ ਡਿੱਗਣਾ ਜਾਂ ਸਰਕਾਰ ਦੇ ਉੱਤੇ ਕੋਈ ਮੁਸੀਬਤ ਬਣਨਾ, ਇਹ ਨਜ਼ਰ ਆਉਂਦਾ ਆ। ਇਹ ਬਿਲਕੁਲ, ਮਤਲਬ ਕਿ ਲੋਕਾਂ ਵਿੱਚ ਬੇਭਰੋਸਗੀ ਤਾਂ ਸਰਕਾਰ ਪ੍ਰਤੀ ਹੈਗੀ ਆ ਨਾ।
ਜੇ ਜਿਸ ਤਰ੍ਹਾਂ ਦਾ ਇਹ ਸਟਰਗਲ ਕਰ ਰਹੇ ਹੈਗੇ, ਭਾਵੇਂ ਇਹਨਾਂ ਨੇ 13 ਦੇ 13 ਕੈਂਡੀਡੇਟ ਐਲਾਨ ਦਿੱਤੇ ਹੈਗੇ ਆ, ਉਹਦੇ ਚ ਮੈਜੋਰਟੀ ਤਾਂ ਇਹਨਾਂ ਦੇ MLAs ਨੇ ਤੇ ਜਾਂ ਨਾਲ ਕੈਬਨਿਟ ਮਿਨਿਸਟਰਸ ਨੇ, 5 ਕੈਬਨਿਟ ਮਿਨਿਸਟਰਸ ਨੇ ਤੇ 5 ਹੀ MLAs ਨੇ ਜਿਹੜੇ ਸਿਟੀ MLA ਹੈਗੇ ਆ। ਸੋ ਇਸ ਕਰਕੇ ਬੇਭਰੋਸਗੀ ਤਾਂ ਹੈਗੀ ਆ ਵੀ ਇਹ 2 ਸਾਲਾਂ ਦੇ ਵਿੱਚ, ਈਵਨ ਕਿ ਜਦ ਦੀ 2014 ਦੀ ਪਾਰਟੀ ਇਹ ਪੋਲੀਟੀਕਲ ਸੀਨ ਤੇ ਆਈ ਹੈਗੀ ਆ, ਇਹ ਆਪਣਾ ਕੀ ਕੋਈ ਇਸ ਤਰ੍ਹਾਂ ਦਾ ਪੋਲੀਟੀਕਲ ਸਟਰਕਚਰ ਬਣ ਹੀ ਨਹੀਂ ਸਕੇ ਕਿ ਉਹਦੇ ਵਿੱਚ ਕੋਈ ਇਹਨਾਂ ਦੇ ਆਪਣੇ ਲੀਡਰਸ ਹੋਣ, ਜਿਹਨਾਂ ਨੂੰ ਅਦਰ ਦੈਨ ਜਿਹੜੇ ਇਹਨਾਂ ਦੇ MLAs ਤੋਂ ਮਿਨਿਸਟਰਸ ਤੋਂ ਇਲਾਵਾ ਜਿਹੜਾ ਕਿ ਇੰਨਾ ਹੋਣ ਕੈਪੇਬਲ ਕਿ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਈ ਜਾ ਸਕੇ। ਜਿਹੜੇ ਹੁਣ ਰਾਜ ਸਭਾ ਲਈ ਇਹਨਾਂ ਨੇ 7 ਦੇ 7 ਚੁਣੇ ਆ, ਉਹ ਤਾਂ ਬਿਲਕੁਲ ਮਿਸਿੰਗ ਇਨ ਐਕਸ਼ਨ ਹੈਗੇ ਪੰਜਾਬ 'ਚ ਬਿਲਕੁਲ। ਇਸ ਕਰਕੇ ਤੁਸੀਂ ਇਹ ਚੀਜ਼ਾਂ ਕਰਕੇ ਇਹਦਾ ਮਤਲਬ ਵੀ ਸਰਕਾਰ ਦੇ ਪ੍ਰਤੀ ਡਿਸਸੈਟਿਸਫੈਕਸ਼ਨ ਬਹੁਤ ਆ, ਲੋਕਾਂ ਵਿੱਚ ਵੀ ਆ, ਵਿਦ ਇਨ ਦਾ ਪਾਰਟੀ ਵੀ ਹੈਗੀ ਆ। ਜਿੱਥੇ ਤੱਕ ਅਸੀਂ ਬੀਜੇਪੀ ਦੀ ਸਥਿਤੀ ਨੂੰ ਸਮਝੀਏ ਕਿ ਉਹ ਪੰਜਾਬ ਨੂੰ ਲੈ ਕੇ ਕਾਫੀ ਮਤਲਬ ਕਿ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਨੇ ਕਿ ਹੋਰ ਨਹੀਂ ਤੇ ਘੱਟੋ ਘੱਟ ਅਸੀਂ ਡੈਂਟ ਤੇ ਪਾਵਾਂਗੇ, ਜੇ ਸੀਟਾਂ ਆਉਂਦੀਆਂ ਨਹੀਂ ਬਣਦੀਆਂ, ਸਰਵੇ ਕੀ ਕਹਿੰਦੇ ਨੇ ਉਹ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਨਾਲ ਡੈਂਟ ਪਾਉਣ ਦੀ ਗੱਲ ਹੈ ਜਾਂ ਵੋਟ ਕਾਟੂ ਹੋਣ ਦੀ ਗੱਲ ਹੈ, ਤਾਂ ਬੀਜੇਪੀ ਦਾ ਹੱਥ ਕਿਤੇ ਨਾ ਕਿਤੇ ਉੱਪਰ ਨਜ਼ਰ ਆਉਂਦਾ। ਉਹਨਾਂ ਦਾ ਜਿਹੜਾ ਅਫੋਰੀਆ ਬਹੁਤ ਬਿਲਡ ਅਪ ਕੀਤਾ ਹੋਇਆ ਬੀਜੇਪੀ ਦਾ, ਜਿਹੜਾ ਵੀ ਇਹ ਨਾ ਉਤਸ਼ਾਹ ਦਿਖਾ ਰਹੇ ਆ ਜ਼ਿਆਦੇ, ਕਿਉਂਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਪ੍ਰੈਸ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਹੈਗੀਆਂ ਉਹਨਾਂ ਦੇ ਪ੍ਰੈਜ਼ੀਡੈਂਟ ਵੱਲੋਂ ਜਾਂ ਹੋਰ ਉਹਨਾਂ ਦੇ ਵਰਕਰਸ ਵੱਲੋਂ, ਉਹ ਕਾਫੀ ਉਤਸ਼ਾਹ ਪ੍ਰਤੀ ਦਿੱਤੀਆਂ ਜਾ ਰਹੀਆਂ ਵੀ ਸਾਡੀ ਸਰਕਾਰ ਬਣਨ ਜਾ ਰਹੀ ਆ ਸੈਂਟਰ ਦੇ ਵਿੱਚ, ਤੇ ਅਸੀਂ ਇੱਥੇ ਵੀ ਕਾਫੀ ਸੀਟਾਂ ਮੋਰ ਦੈਨ ਐਕਸਪੈਕਟਡ ਅਸੀਂ ਨੰਬਰ ਨਾਲ ਅਸੀਂ ਇੱਥੇ ਸੀਟਾਂ ਜਿੱਤਾਂਗੇ। ਉਹ ਤਾਂ ਮਤਲਬ ਕਿ ਆਪਣੇ ਵੱਲੋਂ ਕਹਿ ਰਿਹਾ ਕਿ ਅਸੀਂ ਡਬਲ ਇੰਜਨ ਸਰਕਾਰ ਬਣਾਉਣ ਨਾਲ ਵੱਧ ਰਹੇ ਹੈਗੇ ਆ, ਸਾਡੀ ਰਫਤਾਰ ਉੱਧਰ ਨੂੰ ਜਾ ਰਹੀ ਹੈਗੀ। ਉਹ ਤਾਂ 2020-2017 ਦੀਆਂ ਗੱਲਾਂ ਕਰ ਰਹੇ ਹੈਗੇ ਆ, ਮਤਲਬ ਕਿ ਇੰਨੇ ਜ਼ਿਆਦਾ ਕੌਨਫੀਡੈਂਟ ਹੈਗੇ ਆ ਉਹ, ਤਾਂ ਕਿ ਲੋਕਾਂ ਦੇ ਵਿੱਚ ਉਤਸ਼ਾਹ ਬਣ ਸਕੇ ਭਾਰਤੀ ਜਨਤਾ ਪਾਰਟੀ ਬਾਰੇ। ਹਜੇ ਉਹਨਾਂ ਨੇ ਪੂਰੀਆਂ ਸੀਟਾਂ ਤੇ ਆਪਣੇ ਕੈਂਡੀਡੇਟ ਐਲਾਨੇ ਵੀ ਹੈਗੇ, 9 ਕੈਂਡੀਡੇਟ ਐਲਾਨੇ ਉਹਨਾਂ ਨੇ। ਨਾਲੇ ਉੱਪਰਲੇ ਲੈਵਲ ਦੇ ਉੱਤੇ ਮੋਦੀ ਸਾਹਿਬ ਵੀ ਤਾਂ ਜਦੋਂ ਸੰਕਲਪ ਪੱਤਰ ਜਾਰੀ ਕਰਦੇ ਨੇ ਤੇ ਉਹ ਚ 1000 ਸਾਲ ਦਾ ਖਾਕਾ ਤਿਆਰ ਕਰਕੇ ਦੇ ਦਿੰਦੇ ਨੇ ਕਿ ਅਸੀਂ ਤੇ ਇੱਥੋਂ ਤੱਕ ਦੀ ਸੋਚਦੇ ਹਾਂ। 2047 ਦੀ ਗੱਲ ਤਾਂ ਪਹਿਲਾਂ ਹੁੰਦੀ ਸੀ ਕਿ ਆਜ਼ਾਦੀ ਦੇ ਅਗਲੇ ਦਿਹਾੜੇ ਤੱਕ, ਜਿਹੜਾ 1947 ਤੋਂ 2047 ਤੱਕ ਜਾਣਾ, ਹੁਣ ਤਾਂ 1000 ਸਾਲ ਤੱਕ ਦੀਆਂ ਗੱਲਾਂ ਹੋਣ ਲੱਗ ਗਈਆਂ। ਪਰ ਜਿਹੜਾ ਪੱਤਾ ਉੱਪਰ ਨੈਸ਼ਨਲ ਲੈਵਲ ਤੇ ਖੇਡਿਆ ਜਾ ਰਿਹਾ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ, ਜਦਕਿ ਬਾਕੀ ਮੁੱਦੇ ਜਿਵੇਂ ਬੇਰੁਜ਼ਗਾਰੀ ਹੈ, ਗਰੀਬੀ ਹੈ, ਉਹਨੂੰ ਉਸ ਤਰੀਕੇ ਨਾਲ ਮੁੱਦਾ ਨਹੀਂ ਬਣਾਇਆ ਜਾ ਰਿਹਾ। ਇੱਕ ਗੱਲ ਆਉਂਦੀ ਹੈ ਮੋਦੀ ਦਾ ਪਰਿਵਾਰ, ਉਹਨੂੰ ਹਵਾ ਦੇ ਦਿੱਤੀ ਜਾਂਦੀ ਹੈ, ਜਾਂ ਹੋਰ ਇਹੋ ਜਿਹੀਆਂ ਗੱਲਾਂ, ਚੌਕੀਦਾਰ ਬਣਨਾ, ਉਹਨੂੰ ਹਵਾ ਦੇ ਦਿੱਤੀ ਜਾਂਦੀ ਹੈ। ਮੋਦੀ ਸਾਹਿਬ ਨੂੰ ਲੈ ਕੇ ਇੱਕ ਹਾਈਕੋਰਟ 'ਚ ਐਪਲੀਕੇਸ਼ਨ ਲੱਗੀ ਹੈ ਦਿੱਲੀ ਦੇ ਵਿੱਚ, ਉੱਥੇ ਕਿਹਾ ਹੈ ਕਿ ਇਹਨਾਂ ਤੇ ਚੋਣ ਲੜਨ ਤੇ 6 ਸਾਲ ਦੀ ਪਾਬੰਦੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਲੋਕਾਂ ਦੇ ਵਿੱਚ ਇਸ ਕਿਸਮ ਦਾ ਪ੍ਰਚਾਰ ਕਰ ਰਹੇ ਨੇ, ਜਾਂ ਕਹਿ ਲਓ ਕਿ ਧਰਮ ਦੇ ਨਾਂ ਦੇ ਉੱਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇਸ ਅਰਜ਼ੀ ਦੇ ਕੀ ਮਾਇਨੇ ਸਮਝੇ ਜਾਣ ਤੇ ਇਹਦੇ ਨਾਲ ਬੀਜੇਪੀ ਨੂੰ ਕਿੱਦਾਂ ਦਾ ਫਰਕ ਪੈਂਦਾ? ਇਹ ਹੁਣ ਜਦੋਂ ਸੁਣਵਾਈ ਹੋਊਗੀ ਨਾ ਸੁਖਵਿੰਦਰ, ਉਦੋਂ ਪਤਾ ਲੱਗੂਗਾ ਵੀ ਕੋਰਟ ਵਿੱਚ ਕਿਸ ਤਰ੍ਹਾਂ ਦੀਆਂ ਦਲੀਲਾਂ ਰੱਖੀਆਂ ਜਾਂਦੀਆਂ। ਉਹਨਾਂ ਨੇ ਜਿਹੜੀ ਆਪਣੇ ਵੱਲੋਂ ਪਲੀ ਲਈ ਹੈਗੀ ਆ ਵੀ ਇਹ ਧਰਮ ਦੇ ਆਧਾਰਿਤ ਵੋਟਾਂ ਨੂੰ ਆਪਣੇ ਵੱਲ ਖਿੱਚ ਰਹੇ ਹੈਗੇ ਆ, ਲੋਕਾਂ ਦਾ ਮਤਲਬ ਕਿ ਆਪਣੇ ਵੱਲ ਨੂੰ ਉਹਨਾਂ ਨੂੰ ਆਕਰਸ਼ਿਤ ਕਰ ਰਹੇ ਹੈਗੇ, ਧਰਮ ਨੂੰ ਵਾਰ ਵਾਰ ਨਾਂ ਯੂਜ਼ ਕਰਕੇ, ਰਾਮ ਟੈਂਪਲ ਦਾ ਨਾਂ ਲੈ ਕੇ ਜਾਂ ਹੋਰ ਜਿਸ ਤਰ੍ਹਾਂ ਵੀ ਕਰ ਰਹੇ ਹੈਗੇ ਇਹ। ਨੋ ਡਾਊਟ ਕਿ ਹਰ ਇਹਨਾਂ ਦੀ ਸਪੀਚ ਵਿੱਚ ਰਿਲੀਜਨ ਦੇ ਕੋਟ ਤਾਂ ਹੈਗੇ ਆ ਨਾ। ਸੋ ਇਹ ਉਸ ਨੂੰ ਆਧਾਰ ਬਣਾ ਕੇ ਕਿਸੇ ਨੇ ਪਟੀਸ਼ਨ ਪਾਈ ਹੈਗੀ ਆ,
ਹੁਣ ਉਹਦੀ ਇਹ ਨਹੀਂ ਮੈਨੂੰ ਪਤਾ ਵੀ ਕਦੋਂ ਉਹਦੀ ਸੁਣਵਾਈ ਹੋਣੀ ਹੈਗੀ ਆ। ਇਹ ਉਹਦੀ ਸੁਣਵਾਈ ਤੇ ਹੋਊਗਾ ਕਿ ਦਿੱਲੀ ਹਾਈ ਕੋਰਟ ਇਹ ਪਟੀਸ਼ਨ ਸੁਣਨਾ ਚਾਹੂਗੀ ਕਿ ਨਹੀਂ ਸੁਣਨਾ ਚਾਹੂਗੀ। ਬਿਲਕੁਲ ਇਹ ਵੀ ਗੱਲ ਹੈ, ਪਰ ਚਲੋ ਇੱਕ ਵਾਰੀ ਜਦੋਂ ਪਟੀਸ਼ਨ ਪਈ ਤਾਂ ਉਹਦੇ ਨਾਲ ਲੋਕਾਂ 'ਚ ਗੱਲ ਤਾਂ ਛਿੜੀ ਕਿ ਇਸ ਤਰੀਕੇ ਦੇ ਨਾਲ ਵੀ ਚੈਲੰਜ ਕੀਤਾ ਜਾ ਸਕਦਾ ਹੈ, ਭਾਵੇਂ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਕਿਸੇ ਵੀ ਉੱਚ ਅਹੁਦੇ ਤੇ ਉੱਤੇ ਹੋਵੇ, ਇਸ ਤੋਂ ਉੱਪਰ ਕੀ ਜਾਂ ਰਾਸ਼ਟਰਪਤੀ ਤੱਕ ਵੀ ਹੋਵੇ, ਜੇ ਇਸ ਕਿਸਮ ਦੀ ਕੋਈ ਅਣਗਹਿਲੀ ਨਜ਼ਰ ਆਉਂਦੀ ਹੈ, ਕਿਤੇ ਲੋਕਤੰਤਰ ਨੂੰ ਜਾਂ ਸੰਵਿਧਾਨ ਨੂੰ ਖਤਰਾ ਨਜ਼ਰ ਆਉਂਦਾ, ਤਾਂ ਉਹਦੇ ਲਈ ਲੋਕ ਆਪਣੀ ਆਵਾਜ਼ ਬੁਲੰਦ ਕਰ ਸਕਦੇ ਨੇ। ਇਸੇ ਕਰਕੇ ਜਿਹੜਾ ਗਿੱਲ ਸਾਹਿਬ ਮੈਟਰ ਈਵੀਐਮ ਤੇ ਵੀਵੀਪੈਟ ਵਾਲਾ, ਉਹ ਸੁਪਰੀਮ ਕੋਰਟ ਦੇ ਵਿੱਚ ਹੈ, ਥੋੜ੍ਹਾ ਇਹ 'ਤੇ ਚਾਨਣਾ ਪਾਇਓ ਕਿ ਸੁਪਰੀਮ ਕੋਰਟ 'ਚ ਜੋ ਵੀ ਸੁਣਵਾਈ ਚੱਲ ਰਹੀ ਹੈ, ਕੀ ਲੱਗਦਾ ਕਿਸੇ ਤਣ ਪੱਤਣ ਲੱਗੇਗੀ ਕੋਈ ਆਪਣੇ ਮੁਲਕ ਦੇ ਅੰਦਰ, ਕਿਉਂਕਿ ਐਗਜ਼ਾਮਪਲਾਂ ਜਿਹੜੀਆਂ ਨੇ ਵਿਦੇਸ਼ਾਂ ਦੀਆਂ ਦਿੱਤੀਆਂ ਜਾ ਰਹੀਆਂ, ਜਿੱਥੇ ਬੈਲਟ ਪੇਪਰ ਨਾਲ ਐਗਜ਼ਾਮਪਲ ਮਤਲਬ ਕਿ ਵੋਟਾਂ ਪੈ ਰਹੀਆਂ, ਮਾਣਯੋਗ ਜਿਹੜੇ ਨੇ ਜੱਜ ਸਾਹਿਬਾਨ ਨੇ ਸੁਪਰੀਮ ਕੋਰਟ ਦੇ, ਉਹ ਕੀ ਤਰਕ ਦੇ ਰਹੇ ਨੇ, ਜਾਂ ਇੱਧਰੋਂ ਜਿਹਨਾਂ ਨੇ ਪਟੀਸ਼ਨ ਪਾਈ ਹੈ ਪਟੀਸ਼ਨਰ, ਉਹ ਕਿਵੇਂ ਆਪਣਾ ਪੱਖ ਰੱਖ ਰਹੇ ਨੇ, ਤੇ ਕੀ 19 ਅਪ੍ਰੈਲ ਨੂੰ ਵੋਟਾਂ ਨੇ ਤੇ 18 ਅਪ੍ਰੈਲ ਨੂੰ ਇਹਦੀ ਕਹਿੰਦੇ ਹੁਣ ਸੁਣਵਾਈ ਹੈ, ਸ਼ਾਇਦ ਉੱਧਰ ਫੈਸਲਾ ਵੀ ਆ ਜਾਏ, ਤੇ ਕੀ ਲੱਗਦਾ ਹੈ ਕਿ ਇਹ ਬੈਲਟ ਪੇਪਰ ਵਾਲੇ ਪਾਸੇ ਵਧਿਆ ਜਾਏਗਾ ਜਾਂ ਵੀਵੀਪੈਟ ਵਾਲੇ ਪਾਸੇ ਪਰਚੀਆਂ ਦੇਣ ਵਾਲਾ ਸਿਸਟਮ, ਉਹ ਸ਼ੋਅ ਕਰਨ ਵਾਲਾ ਸਿਸਟਮ ਉੱਧਰ ਵਧਿਆ ਜਾਏਗਾ? ਉਹ ਦੋਨੋਂ ਪਾਸੇ ਹੈਗਾ ਸੁਖਵਿੰਦਰ, ਕੱਲ੍ਹ ਉਹਨਾਂ ਦੀ ਅਸਲ ਸੁਣਵਾਈ ਹੋਣੀ ਹੈਗੀ, ਕੱਲ੍ਹ ਵੀ ਕੀ ਰੁੱਖ ਅਖਤਿਆਰ ਕਰਦੀ ਹੈਗੀ ਸੁਪਰੀਮ ਕੋਰਟ, ਕਿਉਂਕਿ 18 ਤਰੀਕ ਨੂੰ ਉਹਨਾਂ ਦੀ ਅਗਲੀ ਸੁਣਵਾਈ ਹੈਗੀ ਹੈ। ਜਿਹੜੀ ਹੁਣ ਤੱਕ ਸੁਣਵਾਈ ਹੋਈ ਹੈਗੀ ਆ ਉਹਦੇ ਵਿੱਚ ਬੈਲਟ ਪੇਪਰਸ ਤੇ ਵੀ ਸ਼ੰਕੇ ਖੜੇ ਕੀਤੇ ਗਏ ਨਾ, ਉਹਨਾਂ ਨੇ ਚੰਡੀਗੜ੍ਹ ਦਾ ਐਪੀਸੋਡ ਕੋਟ ਕੀਤਾ ਹੈਗਾ ਵੀ ਚੰਡੀਗੜ੍ਹ ਦੇ ਵਿੱਚ ਜੇ ਬੈਲਟ ਸੀਗੇ ਤਾਂ ਦੇਖ ਲਓ ਕੀ ਹੋਇਆ ਉੱਥੇ ਮੇਅਰ ਦੀ ਇਲੈਕਸ਼ਨਸ ਦੇ ਵਿੱਚ। ਤੇ ਜੇ ਪੂਰੀ ਤਰ੍ਹਾਂ ਉਹ ਇਹ ਵੀ ਨਹੀਂ ਗਰੰਟੀ ਕਰ ਰਹੇ ਕਿ ਜਿਹੜੀਆਂ VVP ਜਿਹੜੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਹ ਬੈਲ ਪੇਪਰ ਜਿਹੜਾ ਮਿਲਦਾ ਤੁਹਾਨੂੰ, ਜਿਹੜਾ ਟ੍ਰੇਲ ਦਾ ਮਿਲਦਾ ਹੈਗਾ VPAT ਕਿ ਕੀ ਕਹਿੰਦੇ ਹੈਗੇ ਆ ਉਹਦੇ VVPAT, ਹਾਂ ਉਹ ਜਿਹੜਾ ਹੈਗਾ ਵੀ ਉਹ ਵੀ ਪੂਰੀ ਤਰ੍ਹਾਂ ਇਹ ਕੀ ਸੁਪਰੀਮ ਕੋਰਟ ਆਰਡਰ ਦੇ ਸਕੂਗੀ ਵੀ ਕਿ ਨਹੀਂ, ਕਿਉਂਕਿ ਹੁਣ 19 ਨੂੰ ਤਾਂ ਇਲੈਕਸ਼ਨ ਸ਼ੁਰੂ ਹੈਗੀਆਂ ਫਸਟ ਫੇਜ਼ ਦੀਆਂ, ਫਿਰ 29 ਅਪ੍ਰੈਲ ਨੂੰ ਹੈਗੀਆਂ, ਤੇ ਫਿਰ ਤਾਂ ਸ਼ੁਰੂ ਪੂਰੀ ਤਰ੍ਹਾਂ ਸ਼ੁਰੂ ਹੋ ਜਾਣਾ ਕੰਮ। ਬਿਲਕੁਲ, ਚਲੋ ਹਾਲ ਦੀ ਘੜੀ ਉਹਦੇ ਤੇ ਨਜ਼ਰ ਰੱਖਾਂਗੇ। ਆਖਰੀ ਖਬਰ ਜਿਹੜੀ ਇਰਾਨ ਤੇ ਇਜ਼ਰਾਈਲ ਨਾਲ ਜੁੜੀ ਹੈ, ਗਿੱਲ ਸਾਹਿਬ ਇਸ ਤੋਂ ਥੋੜਾ ਚਾਨਣਾ ਪਾਇਓ ਕਿ ਆਖਿਰਕਾਰ ਇਹ ਕਾਰਨ ਕੀ ਹੈ? UN ਦੇ ਵਿੱਚ ਵੀ ਦੋਹੇ ਮੁਲਕ ਗਏ ਨੇ, ਉੱਥੇ ਵੀ ਤਰਕ ਰੱਖਿਆ ਜਾ ਰਿਹਾ ਕੀ ਕਾਰਨ ਹੈ। UN ਲਗਾਤਾਰ ਬਾਕੀ ਮੁਲਕਾਂ ਜਿਵੇਂ ਉੱਧਰ ਗਾਜ਼ਾ ਵਾਲੇ ਪਾਸੇ ਰੌਲਾ ਪਿਆ ਜਾਂ ਹੋਰ ਪਾਸੇ ਜਿੱਥੋਂ ਵੀ ਖਬਰਾਂ ਸਾਹਮਣੇ ਆਉਂਦੀਆਂ ਯੂਕਰੇਨ ਤੇ ਰੂਸ ਦੀ ਜੰਗ ਆ, ਹੁਣ ਤੱਕ ਇਹੀ ਕਹਿੰਦੇ ਆਏ ਨੇ ਕਿ ਸ਼ਾਂਤੀ ਬਹਾਲ ਰੱਖੋ। ਇੰਡੀਆ ਤੇ ਚਾਈਨਾ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਕਿ ਇੱਧਰ ਵੀ ਕੋਈ ਨਾ ਕੋਈ ਟਕਰਾਅ ਦੀ ਸਥਿਤੀ LAC ਤੇ ਪੈਦਾ ਹੋ ਸਕਦੀ ਹੈ, ਪਰ ਜੇ UN ਹੀ ਸ਼ਾਂਤੀ ਬਹਾਲ ਨਹੀਂ ਕਰ ਪਾ ਰਿਹਾ ਤਾਂ ਇਹਨਾਂ ਜੰਗਾਂ ਦਾ ਕੀ ਅਸਰ ਸਮਝੀਏ, ਤੇ ਇਹ ਜਿਹੜੀ ਨਵੀਂ ਜੰਗ ਛਿੜੀ ਹੈ ਇਹਦੇ ਕੀ ਕਾਰਨ ਮੰਨੀਏ? ਇਹ ਅਸਲ ਚ ਜਿਹੜੀ ਹੁਣ ਇਰਾਨ ਦਾ ਕਨਫਲਿਕਟ ਸ਼ੁਰੂ ਹੋਇਆ ਨਾ ਇਜ਼ਰਾਈਲ ਦਾ, ਇਜ਼ਰਾਈਲ ਨੇ ਪਹਿਲ ਕਰਦਿਆਂ ਹੋਇਆ ਉਹਨਾਂ ਨੇ ਸੀਰੀਆ ਡੋਮੈਸਕਸ ਦੇ ਵਿੱਚ ਜਿਹੜੀ ਇਰਾਨੀਅਨ ਅੰਬੈਸੀ ਸੀਗੀ ਉਹਦੇ ਤੇ ਬੰਬਾਰੀ ਕੀਤੀ ਹੈਗੀ, ਜਿਹਦੇ ਵਿੱਚ ਉਹਨਾਂ ਦੇ ਕਈ ਜਿਹੜੇ ਟੌਪ ਦੇ ਜਨਰਲ ਸੀਗੇ ਉਹ ਮਾਰੇ ਗਏ। ਉਹ ਸੀਗੇ ਇਰਾਨ ਦੀ ਜਿਹੜੀ ਰੈਵੋਲੂਸ਼ਨਰੀ ਗਾਰਡ ਫੋਰਸ ਹੈਗੇ ਉਹਦੇ ਜਨਰਲ ਸੀਗੇ ਉਹ। ਉਹਨਾਂ ਨੇ ਫਿਰ ਉਸ ਦੀ ਰਿਟੈਲੀਏਸ਼ਨ ਦੇ ਵਿੱਚ ਇਰਾਨ ਨੇ 200 ਮਿਜ਼ਾਈਲਾਂ ਇਹਨਾਂ ਤੇ ਮਾਰੀਆਂ ਹੈਗੀਆਂ ਪਰ 2 ਦਿਨ ਪਹਿਲੇ। ਉਹਦੇ ਤੇ ਹੁਣ ਵਰਲਡ ਦਾ ਬਹੁਤ, ਵੈਸਟਰਨ ਵਰਲਡ ਦਾ ਖਾਸ ਕਰਕੇ ਬਹੁਤ ਪ੍ਰੈਸ਼ਰ ਹੈਗਾ ਇਜ਼ਰਾਈਲ ਤੇ ਵੀ ਤੁਸੀਂ ਕਾਊਂਟਰ ਅਟੈਕ ਨਹੀਂ ਕਰਨਾ, ਕਿਉਂਕਿ ਵਿਦ ਇਨ ਦਾ ਕੰਟਰੀ ਇਜ਼ਰਾਈਲ ਦੇ ਵਿੱਚ ਵੀ ਜਿਹੜੇ ਹੈਗਾ ਪ੍ਰਾਈਮ ਮਿਨਿਸਟਰ ਨੇਤਨਯਾਹੂ ਉਹਨੂੰ ਇੰਟਰਨਲ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੀ ਉਹਨਾਂ ਨੇ ਪੈਲਸਟੀਨੀਅਨ ਨਾਲ ਵਾਰ ਚੱਲ ਰਹੀ ਹੈਗੀ ਪਿਛਲੇ 7 ਮਹੀਨਿਆਂ ਤੋਂ, ਉਹਦੇ ਵਿੱਚ ਹੁਣ ਤੱਕ 35,000+ ਜਿਹੜੇ ਹੈਗੇ ਬੰਦੇ ਮਾਰੇ ਜਾ ਚੁੱਕੇ ਹੈਗੇ ਆ।
ਤੇ ਕੋਈ ਵੀ ਹਜੇ ਤੱਕ ਉਹ ਤਾਰ ਪੱਤਣ ਲੱਗੀ ਨਹੀਂ। ਸਾਰਾ ਜਿਹੜਾ ਗਾਜ਼ਾ ਹੈਗਾ ਇੱਕ ਤਰ੍ਹਾਂ ਨਾਲ ਢਾ ਦਿੱਤਾ ਗਿਆ ਹੈਗਾ ਉਹਨਾਂ ਦੇ, ਮਤਲਬ ਕਿ ਆਲਮੋਸਟ ਵਾਈਪ ਆਊਟ ਹੀ ਕਰਤਾ ਹੈਗਾ ਉਹਦਾ ਨਾਮੋ ਨਿਸ਼ਾਨ। ਉਸ ਦੇ ਬਾਵਜੂਦ ਵੀ ਵਾਰ ਜਿਹੜੀ ਆ ਰੁਕ ਨਹੀਂ ਰਹੇਗੀ ਕਿਉਂਕਿ ਕੰਟੀਨਿਊਸ ਰਜਿਸਟੈਂਸ ਆ ਰਹੀ ਹੈਗੀ ਹਮਾਸ ਵੱਲੋਂ। ਭਾਵੇਂ ਉਹਨਾਂ ਨੇ ਉਹਨਾਂ ਦਾ ਨੁਕਸਾਨ ਬਹੁਤ ਕੀਤਾ ਹੈਗਾ ਪਰ ਉਹ ਲੜਾਈ ਫਿਰ ਵੀ ਰੁਕੀ ਨਹੀਂ ਹੈਗੀ। ਤੇ ਉਹਦੇ ਵਿੱਚ ਜਿਹੜਾ ਇਰਾਨ ਹੈਗਾ ਉਹ ਹਮਾਸ ਦਾ ਸਪੋਰਟਰ ਹੈਗਾ। ਤੇ ਇਸ ਕਰਕੇ ਇਹ ਜੇ ਇਜ਼ਰਾਈਲ ਨੇ ਹੁਣ ਰਿਟੈਲੀਏਟ ਕੀਤਾ ਤਾਂ ਇਰਾਨ ਨੇ ਅੱਜ ਉਹਨਾਂ ਨੇ ਸਟੇਟਮੈਂਟ ਦਿੱਤੀ ਵੀ ਅਸੀਂ ਵਿਦ ਇਨ ਸੈਕਿੰਡਸ ਅਟੈਕ ਕਰਾਂਗੇ ਬੈਕ, ਕਿਉਂਕਿ ਇਜ਼ਰਾਈਲ ਨਾਲੋਂ ਜ਼ਿਆਦਾ ਇਰਾਨ ਕੋਲੇ ਜਿਹੜਾ ਹੈਗੀਆਂ ਮਿਜ਼ਾਈਲਸ ਜ਼ਿਆਦਾ ਨੇ ਤੇ ਹੋ ਸਕਦਾ ਕਿ ਉਹਨਾਂ ਕੋਲੇ ਨਿਊਕਲੀਅਰ ਕੈਪੇਬਿਲਿਟੀਜ਼ ਵੀ ਹੋਣ, ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈਗਾ। ਦੂਸਰੇ ਪਾਸੇ ਜਿਹੜੀ ਯੂਕਰੇਨ ਤੇ ਰਸ਼ੀਆ ਦੀ ਵਾਰ ਹੈਗੀ ਆ ਉਹ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਉਹਦੇ ਵਿੱਚ ਵੀ 2-3 ਵਾਰੀ ਜਿਹੜੇ ਪ੍ਰੈਜੀਡੈਂਟ ਪੁਟਿਨ ਹੈਗੇ ਰਸ਼ੀਆ ਦੇ ਉਹ ਜ਼ਿਕਰ ਕਰ ਚੁੱਕੇ ਨੇ ਕਿ ਜੇ ਮੈਨੂੰ ਵੈਸਟਰਨ ਵਰਲਡ ਜ਼ਿਆਦਾ ਪ੍ਰੈਸ਼ਰ ਕਰੂਗਾ ਤੇ ਆਈ ਕੈਨ ਪ੍ਰੈਸ ਦਾ ਨਿਊਕਲੀਅਰ ਬਟਨ। ਸੋ ਇਸੇ ਤਰ੍ਹਾਂ ਜਿਹੜੀ ਇੰਡੀਆ ਚਾਈਨਾ ਦੀਆਂ ਆਪਸ ਟੈਂਸ਼ਨ ਹੈਗੀਆਂ ਨੇ ਇਹ ਆਪਣੀ ਪ੍ਰੈਸ ਵਿੱਚ ਲੁਕੋਈਆਂ ਜਾ ਰਹੀਆਂ ਨੇ ਪਰ ਇਹ ਆ ਬਣੀਆਂ ਉਸੇ ਤਰ੍ਹਾਂ ਟੈਂਸ਼ਨ ਇਹਨਾਂ ਦੀਆਂ ਵੱਧ ਰਹੀਆਂ ਨੇ, ਘੱਟ ਨਹੀਂ ਰਹੀਆਂ ਆਪਸ ਚ। ਸ਼ੁਕਰੀਆ ਗਿੱਲ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ।